ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਵਿੱਚ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਅਤੇ ਮੈਂ ਹਾਂ ਦਾਸ ਰਿਸ਼ਪਾਲ ਸਿੰਘ। ਜਪੇ ਬਾਣ ਲਾਗਿਓ ਤਬੇ ਰੋਸ ਜਾਗਿਓ। ਜੀ ਹਾਂ, ਟਕਸਾਲੀ ਨੇਤਾ ਮਾਝੇ ਦੇ ਮਜੈਲ ਸਰਦਾਰ ਸੇਵਾ ਸਿੰਘ ਜੀ ਸੇਖਵਾਂ, ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਇੱਕ ਮੰਗ ਰੱਖੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਪ੍ਰਧਾਨ ਹੈ ਉਹਨੂੰ ਬਦਲਿਆ ਜਾਵੇ, ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਕਿਸੇ ਕਾਬਲ ਬੰਦੇ ਨੂੰ ਜਿਹੜੀ ਅਕਾਲੀ ਦਲ ਦੀ ਵਾਗਡੋਰ ਹੈ ਉਹ ਦਿੱਤੀ ਜਾਵੇ। ਪਰ ਇਹਨਾਂ ਦੀ ਮੰਗ 'ਤੇ ਵਿਚਾਰ ਕਰਨ ਦੀ ਜਗ੍ਹਾ ਸੇਵਾ ਸਿੰਘ ਸੇਖਵਾ ਜੀ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ, ਜੋ ਕਿ ਇੱਕ ਬਹੁਤ ਵੱਡਾ ਝਟਕਾ ਹੈ ਹਰੇਕ ਉਸ ਅਕਾਲੀ ਦਲ ਦੇ ਲਈ, ਅਕਾਲੀ ਦਲ ਪਾਰਟੀ 'ਚ ਕੰਮ ਕਰਨ ਵਾਲੇ ਉਸ ਟਕਸਾਲੀ ਵਰਕਰ ਦੇ ਲਈ, ਜਿਨ੍ਹਾਂ ਨੂੰ ਇੱਕ ਤਾਨਾਸ਼ਾਹ ਰਵੱਈਆ ਜਿਹੜਾ ਸ਼ਾਇਦ ਕਿਤੇ ਨਾ ਕਿਤੇ ਪਸੰਦ ਨਹੀਂ ਆਇਆ। ਸੋ ਸਰਦਾਰ ਸੇਵਾ ਸਿੰਘ ਜੀ ਸੇਖਵਾਂ ਇਸ ਵੇਲੇ ਅਕਾਲ ਚੈਨਲ ਦੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਅਸੀਂ ਅਕਾਲ ਚੈਨਲ ਦੇ ਉੱਪਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਉਣ ਦਾ, ਸਵਾਗਤ ਕਰਦੇ ਹੋਏ। ਗੁਰਫਤਿਹ ਦੀ ਸਾਂਝ ਪਾਉਂਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਖਵਾਂ ਸਾਹਿਬ, ਬਹੁਤ ਸਾਰੇ ਲੋਕ ਟਕਸਾਲੀ ਲੀਡਰ ਕਹਿੰਦੇ, ਟਕਸਾਲੀ ਅਕਾਲੀ ਕਿਹਾ ਜਾਂਦਾ ਹੈ, ਇਹ ਅਕਸਰ ਟਕਸਾਲੀ ਅਕਾਲੀ ਦੀ ਡੈਫੀਨੇਸ਼ਨ ਹੈ ਕੀ? ਟਕਸਾਲੀ ਅਕਾਲੀ ਕੌਣ ਹੁੰਦੇ ਨੇ, ਕਿਹਨਾਂ ਨੂੰ ਕਿਹਾ ਜਾਵੇ? ਹਕੀਕਤ ਇਹ ਆ ਕਿ ਜਿਹੜੇ ਟਕਸਾਲੀ ਅਖਵਾਉਣ ਵਾਲੇ ਲੋਕ ਨੇ, ਉਹਨਾਂ ਦੀ ਬਾਕੀ ਲੋਕਾਂ ਨਾਲੋਂ, ਬਾਕੀ ਸਿੱਖਾਂ ਨਾਲੋਂ ਵਿਸ਼ੇਸ਼ਤਾ ਹੈ। ਉਹ ਲੋਕ ਟਕਸਾਲੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦੇ ਨੇ, ਪੰਜਾਂ ਬਾਣੀਆਂ ਦੇ ਧਾਰਨੀ ਨੇ, ਅੰਮ੍ਰਿਤਧਾਰੀ ਸਿੰਘ ਨੇ, ਔਰ ਜਿਨ੍ਹਾਂ ਦੇ ਮਨ ਵਿੱਚ ਕੋਈ ਨਿੱਜ ਸਵਾਰਥ ਨਹੀਂ ਅਤੇ ਕੌਮ ਵਾਸਤੇ ਕੁਰਬਾਨੀ ਕਰਨ ਵਾਸਤੇ ਉਹਨਾਂ ਦੇ ਮਨ ਵਿੱਚ ਇੱਕ ਜਜ਼ਬਾ ਆ, ਅਤੇ ਹਰ ਵੇਲੇ ਉਸ ਆਪਣੇ ਜਜ਼ਬੇ ਦੇ ਤਹਿਤ ਆਪਣੀ ਕੌਮ ਤੋਂ ਕੁਰਬਾਨੀ ਕਰਨ ਨੂੰ ਤਿਆਰ ਨੇ। ਉਹ ਟਕਸਾਲੀ ਨੇ ਜਿਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਵਿੱਚ ਕਦੀ ਰਾਜ ਭਾਗ ਜਿਹੜਾ ਉਹ ਅਕਾਲੀ ਦਲ ਦਾ ਵੀ ਆ ਸਕਦਾ ਆ। ਉਹਨਾਂ ਦੀ ਇੱਕੋ ਇੱਕ ਮਨਸ਼ਾ ਹੁੰਦੀ ਸੀ ਕਿ ਅਸੀਂ ਆਪਣੀ ਕੌਮ ਵਾਸਤੇ, ਆਪਣੇ ਧਰਮ ਵਾਸਤੇ ਕੁਰਬਾਨੀ ਦੇਣੀ ਆ। ਇੱਥੋਂ ਤੱਕ ਕਿ ਸਾਡੇ ਵੱਢ ਵਢੇਰਿਆਂ ਕੋਲ ਇੱਕ ਝੋਲਾ ਹੁੰਦਾ ਸੀ ਅਤੇ ਉਹਨਾਂ ਦੀ ਜਾਇਦਾਦ ਇੰਨੀ ਹੁੰਦੀ ਸੀ ਕਿ ਇੱਕ ਕਛਹਿਰਾ ਅਤੇ ਇੱਕ ਪਰਨਾ। ਵੱਢ ਵਢੇਰਿਆਂ ਦਾ ਸੇਖਵਾਂ ਸਾਹਿਬ, ਵੱਢ ਵਢੇਰਿਆਂ ਦਾ ਜ਼ਿਕਰ ਹੈ, ਸੋ ਵੱਢ ਵਢੇਰਿਆਂ ਤੋਂ ਭਾਵ? ਜਿਵੇਂ ਮੇਰੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਉਜਾਗਰ ਸਿੰਘ ਜੀ ਸੇਖਵਾਂ ਉਸ ਵੇਲੇ ਅਕਾਲੀ ਸਨ ਜਦੋਂ ਪੰਜਾਬ ਸਾਂਝਾ ਪੰਜਾਬ ਸੀ, ਅਤੇ ਕਦੀ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਅਕਾਲੀ ਦਲ ਦੀ ਕਦੀ ਸਰਕਾਰ ਬਣ ਸਕਦੀ ਆ। ਉਦੋਂ ਅਕਾਲੀ ਕਿਹੜੇ ਬਣਦੇ ਸਨ? ਜਿਨ੍ਹਾਂ ਨੇ ਆਪਣੀ ਕੌਮ ਵਾਸਤੇ, ਆਪਣੇ ਧਰਮ ਵਾਸਤੇ ਕੁਰਬਾਨੀ ਦੇਣੀ ਹੁੰਦੀ ਸੀ ਉਹ ਹੀ ਅਕਾਲੀ ਹੁੰਦੇ ਸਨ। ਸੋ ਐਸੇ ਲੋਕਾਂ ਨੂੰ ਹੀ ਟਕਸਾਲੀ ਅਕਾਲੀ ਕਿਹਾ ਜਾਂਦਾ ਸੀ। ਲੇਕਿਨ ਅੱਜ ਦੇ ਅਕਾਲੀ ਜਿਹੜੇ ਨੇ, ਜਿਹਨੇ ਇੱਕ ਮੁੰਦਰ ਆਪਣੇ ਕੰਨ ਵਿੱਚ ਪਾਈ ਹੋਵੇ ਉਹਦੇ ਕੋਲ ਛੋਟਾ ਉਹਦਾ, ਅਤੇ ਜਿਹਨੇ ਦੋਵਾਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਣ ਉਹਦੇ ਕੋਲ ਅਕਾਲੀ ਦਲ ਦਾ ਵੱਡਾ ਉਹਦਾ ਹੁੰਦਾ। ਇਹ ਫਰਕ ਪੈ ਗਿਆ ਟਕਸਾਲੀਆਂ ਵਿੱਚ ਅਤੇ ਆਮ ਅਕਾਲੀਆਂ ਵਿੱਚ, ਇਹ ਡਿਫਰੈਂਸ ਅੱਜ ਵੇਖਣ ਨੂੰ ਮਿਲ ਰਿਹਾ ਜੀ। ਬਿਲਕੁਲ, ਟਕਸਾਲੀ ਅਕਾਲੀ ਔਰ ਆਮ ਅਕਾਲੀ ਦੇ ਵਿੱਚ ਜੋ ਅੰਤਰ ਨੇ, ਸੇਵਾ ਸਿੰਘ ਸੇਖਵਾਂ ਜੀ ਨੇ ਉਹਦੇ ਬਾਰੇ ਦੱਸਿਆ। ਸੇਖਵਾਂ ਸਾਹਿਬ, 1992 ਤੋਂ ਪਹਿਲਾਂ ਇੱਕ ਅਕਾਲੀ ਦਲ ਕਿਹਾ ਜਾਂਦਾ ਸੀ ਕਿ ਜੋ 1920 ਦੇ ਵਿੱਚ ਬਣਿਆ ਸੀ ਅਕਾਲੀ ਦਲ, ਉਹ ਅਕਾਲੀ ਦਲ ਚੱਲ ਰਿਹਾ ਸੀ। ਲੇਕਿਨ 1992 ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਨੇ, ਉਹਨਾਂ ਨੇ ਉਸ ਅਕਾਲੀ ਦਲ ਦੀ ਜਗ੍ਹਾ ਇਹਨੂੰ ਇੱਕ ਪੰਜਾਬੀ ਪਾਰਟੀ ਬਣਾ ਦਿੱਤਾ ਸੀ, ਇਹ 'ਚ ਕੀ ਸੱਚਾਈ ਹੈ? ਦੇਖੋ, 1920 ਵਿੱਚ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਉਸ ਵੇਲੇ ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਦੀ ਇਹ ਖਾਸ ਸੀ ਕਿ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਅਤੇ ਗੁਰਦੁਆਰਿਆਂ 'ਚ ਸੁਧਾਰ ਲਿਆਉਣ ਵਾਸਤੇ ਬੜੀ ਵੱਡੀ ਲੋੜ ਸੀ, ਅਤੇ ਉਸ ਵੇਲੇ ਦੋ ਸੰਸਥਾਵਾਂ ਹੋਂਦ ਵਿੱਚ ਉਹਨਾਂ ਨੇ ਲਿਆਂਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵੇਖੇ, ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖ ਕੌਮ ਨੂੰ ਰਾਜਨੀਤਿਕ ਅਗਵਾਈ ਦੇ ਸਕੇ।
लेकिन उन्होंने जिहड़ा श्रोमणी अकाली दल का एजेंडा रखिया वह पंथक एजेंडा रखिया और जे अज मैं पंथक एजेंडे का विस्तार देन लगा तो वह बहुत लम्मा चौड़ा आ लेकिन इस पंथक एजेंडे दे विच श्रोमणी अकाली दल का पुराना सारे का सारा जो उन्हों का सिद्धांत सी वो आ जाता है। लेकिन 1992 नहीं 1996 बानवे तो बाद 1996 एक मोगा कॉन्फ्रेंस हुई सी जिहदे विच सरदार प्रकाश सिंह बादल ने कुछ पहले संविधान विच अपने चेंजेस कीतियां सन। उन्होंने ना नूं पंजाबी पार्टी नहीं सी बनाई लेकिन जदों संविधान विच कुछ अपने चेंजेस हो गईआं ते पंथक एजेंडे दे नाल नाल उन्होंने कुछ होर एजेंडा भी शामिल कर लिया जो समुचे पंजाबियों नाल संबंधित सी। उहदे नाल सारे जिन्ने पंजाब विच वसदे लोग सन भावें कोई किसी भी जात बरादरी का सी वह अकाली दल का मैंबर बन सकता सी अहुदेदार बन सकता सी इलैक्शन लड़ सकता सी ते सरकार विच भाईवाल भी बन सकता सी। ਇਹ ਫਰਕ ਪਹਿਲੇ ਏਜੰਡੇ ਤੋਂ 1996 ਦੀ ਮੋਗਾ ਕਾਨਫਰੰਸ ਤੋਂ ਬਾਅਦ ਆਇਆ ਜੀ। ਬਿਲਕੁਲ ਇਹ ਅੰਤਰ ਜਿਹੜਾ ਸੀਗਾ 1920 ਵਾਲੀ ਅਕਾਲੀ ਦਲ ਔਰ 1996 ਦੀ ਜਿਹੜੀ ਅਕਾਲੀ ਦਲ ਦੁਬਾਰਾ ਜਿਹੜੀ ਉਹ 'ਚ ਸੋਧ ਕਰਕੇ ਉਹਦੇ ਸੰਵਿਧਾਨ ਦੇ ਵਿੱਚ ਸਿੱਖਵਾਂ ਸਾਹਿਬ ਨੇ ਦੱਸਿਆ ਕਿ ਉਹਦਾ ਫਰਕ ਕੀ ਸੀ ਔਰ ਉਹਦੇ ਵਿੱਚ ਅੰਤਰ ਕੀ ਸੀ। ਸਿੱਖਵਾਂ ਸਾਹਿਬ ਤੁਹਾਡੇ ਉੱਪਰ ਹਰਸਿਮਰਤ ਕੌਰ ਜਿਹੜੀ ਬਾਦਲ ਹੈ ਉਹ ਬਹੁਤ ਤਿੱਖੇ ਪ੍ਰਹਾਰ ਕਰ ਰਹੀ ਹੈ, ਕੀ ਕਾਰਨ ਹੈ? ਤੁਹਾਨੂੰ ਜਨਤਾ ਵੱਲੋਂ ਨਕਾਰੇ ਹੋਏ ਨੇਤਾ ਦੇ ਰੂਪ 'ਚੋਂ ਪੇਸ਼ ਕਰ ਰਹੀ ਔਰ ਬੇਖੌਫ ਮਤਲਬ ਕਿਸੇ ਵੀ ਤਰ੍ਹਾਂ ਦਾ ਮਾਨ ਸਨਮਾਨ ਇੱਕ ਉਮਰ ਦਾ ਲਿਹਾਜ਼ ਹੁੰਦਾ ਤਕਾਜ਼ਾ ਹੁੰਦਾ ਉਹਦਾ ਵੀ ਉਹਨਾਂ ਨੇ ਲਿਹਾਜ਼ ਨਹੀਂ ਕੀਤਾ, ਤੁਹਾਡੀ ਸੀਨੀਓਰਟੀ ਦਾ ਲਿਹਾਜ਼ ਨਹੀਂ ਕੀਤਾ ਔਰ ਤੁਹਾਨੂੰ ਇਹ ਕਹਿਣਾ ਕਿ ਇਹ ਜਨਤਾ ਦੇ ਨਕਾਰੇ ਹੋਏ ਲੀਡਰ ਨੇ, ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਜਨਤਾ ਵੱਲੋਂ ਨਕਾਰੀ ਹੋਈ ਲੱਗ ਰਹੀ ਹੈ? ਵੇਖੋ ਪਹਿਲੀ ਗੱਲ ਤਾਂ ਇਹ ਕਿ ਉਹ ਜਿਸ ਰੁਤਬੇ 'ਤੇ ਇਸ ਵੇਲੇ ਬੀਬਾ ਹਰਸਿਮਰਤ ਕੌਰ ਨੇ ਉਹ ਕੇਂਦਰ ਵਿੱਚ ਕੈਬਨਿਟ ਮਿਨਿਸਟਰ ਨੇ, ਉਹਨਾਂ ਨੂੰ ਬੋਲਣ ਤੋਂ ਪਹਿਲਾਂ 20 ਵਾਰੀ ਆਪਣੇ ਸੋਚਣਾ ਚਾਹੀਦਾ ਆ ਕਿ ਜੋ ਸ਼ਬਦਾਵਲੀ ਮੈਂ ਵਰਤ ਰਹੀ ਹਾਂ ਕੀ ਉਹਨਾਂ ਦੇ ਰੁਤਬੇ ਮੁਤਾਬਕ ਉਹ ਠੀਕ ਹੈ। ਉਹਨਾਂ ਕਦੀ ਵੀ ਆਪਣੇ ਰੁਤਬੇ ਦਾ ਖਿਆਲ ਨਹੀਂ ਕੀਤਾ ਤਾਂ ਮੈਂ ਸਮਝਣਾ ਕਿ ਸ਼ਾਇਦ ਉਹਨਾਂ ਦੀ ਇਹ ਗਲਤੀ ਨਹੀਂ, ਉਹਨਾਂ ਦਾ ਵਿਜ਼ਨ ਹੀ ਨਹੀਂ ਹੈ ਕਿ ਕਿਸ ਆਪਣੇ ਤੋਂ ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ ਅਤੇ ਕਿਵੇਂ ਉਹਨਾਂ ਦੇ ਬਾਰੇ ਵਿੱਚ ਗੱਲ ਕਰਨੀ ਆ। ਸਾਨੂੰ ਨਕਾਰੇ ਲੀਡਰ ਕਹਿੰਦੇ ਆ, ਅਸੀਂ ਲੋਕਾਂ ਦੇ ਨਕਾਰੇ ਨਹੀਂ ਲੇਕਿਨ ਅਕਾਲੀ ਦਲ ਦੇ ਬਾਦਲ ਪਰਿਵਾਰ ਦੇ ਨਕਾਰੇ ਜ਼ਰੂਰ ਹਾਂ। ਇਹ ਗੱਲ ਮੈਂ ਸਵੀਕਾਰ ਕਰਨਾ ਕਿ ਬਾਦਲ ਪਰਿਵਾਰ ਨੇ ਸਾਨੂੰ ਨਕਾਰਿਆ। ਜਿੱਥੋਂ ਤੱਕ ਮੇਰੀ ਗੱਲ ਆ, ਮੈਨੂੰ ਬਹੁਤ ਵਾਰੀ ਇਲੈਕਸ਼ਨ ਵਿੱਚ ਬਾਦਲ ਪਰਿਵਾਰ ਨੇ ਹਰਾਇਆ। ਸਭ ਤੋਂ ਪਹਿਲਾਂ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਡਿਊਟੀ ਲੱਗੀ ਕਿ ਸੇਵਾ ਸਿੰਘ ਸੇਖਵਾਂ ਕਿਸੇ ਕੀਮਤ 'ਤੇ ਇਲੈਕਸ਼ਨ ਨਹੀਂ ਜਿੱਤਣਾ ਚਾਹੀਦਾ। ਉਹਨੇ ਹਰ ਵਾਰ ਮੇਰੀ ਇਲੈਕਸ਼ਨ ਵਿੱਚ ਮੇਰੀ ਮੁਖਾਲਫਤ ਕੀਤੀ। ਜੇਕਰ ਪਾਰਟੀ ਦਾ ਪ੍ਰਧਾਨ ਹੀ ਨਾ ਚਾਹਵੇ ਕਿ ਕੋਈ ਇਹ ਮੇਰੀ ਸੀਟ ਜਿੱਤੀ ਜਾਵੇ ਤਾਂ ਉਹ ਜਿੱਤ ਕਿਵੇਂ ਸਕਦਾ? ਤੁਸੀਂ ਇੱਕ ਰਾਜ਼ ਖੋਲਿਆ ਬਹੁਤ ਵੱਡਾ। ਇਹ ਇਹ ਜਿਹੜਾ ਰਾਜ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ਼ਾਰਾ ਕੀਤਾ ਗਿਆ ਸੀ, ਸੁਖਬੀਰ ਬਾਦਲ ਵੱਲੋਂ ਕੀਤਾ ਗਿਆ ਸੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਉਸ ਪਰਿਵਾਰ ਦੀ ਇਹ ਨੀਤੀ ਰਹੀ ਆ ਕਿ ਜਿਹੜੇ ਵੀ ਲੋਕ ਕਦੀ ਉਹਨਾਂ ਵਾਸਤੇ ਚੁਣੌਤੀ ਬਣ ਸਕਦੇ ਆ ਉਹਨਾਂ ਨੂੰ ਕਦੀ ਵੀ ਉਹ ਆਪਣੇ ਸਿਰ ਨਹੀਂ ਚੁੱਕਣ ਦਿੰਦੇ ਔਰ ਉਹਨਾਂ ਨੇ ਇਹ ਇੱਕ ਸਾਜਿਸ਼ ਦੇ ਤਹਿਤ ਮੈਨੂੰ ਇਲੈਕਸ਼ਨਾਂ ਤੋਂ ਹਰਾਇਆ। ਦੂਸਰਾ ਜਦੋਂ ਬਿਕਰਮ ਲਾਈਮ ਲਾਈਟ 'ਚ ਆਇਆ ਆ ਅਤੇ ਮੈਂ ਜਦੋਂ ਖਾਲਸਾ ਕਾਲਜ ਨੂੰ ਖਾਲਸਾ ਯੂਨੀਵਰਸਿਟੀ ਦਾ ਰੂਪ ਦੇਣਾ ਸੀ ਉਸ ਵੇਲੇ ਮੇਰੇ ਕੋਲ ਐਜੂਕੇਸ਼ਨ ਡਿਪਾਰਟਮੈਂਟ ਸੀ, ਮੈਂ ਐਜੂਕੇਸ਼ਨ ਮਿਨਿਸਟਰ ਸਾਂ। ਮੈਨੂੰ ਪਤਾ, ਮੈਂ ਸਾਰਾ ਇਤਿਹਾਸ ਜਾਣਨਾ ਕਿ ਖਾਲਸਾ ਕਾਲਜ ਅੰਮ੍ਰਿਤਸਰ ਸਾਡੇ ਬਜ਼ੁਰਗਾਂ ਨੇ ਕਿਵੇਂ ਖੜਾ ਕੀਤਾ ਸੀ। ਉਹਨਾਂ ਨੇ ਝੋਲੀ ਅੱਡ ਕੇ ਅਤੇ ਘਰ ਘਰ ਜਾ ਕੇ ਲੋਕਾਂ ਕੋਲ ਪੈਸੇ ਮੰਗ ਕੇ ਇਹ ਕੌਮ ਦੀ ਵਿਰਾਸਤ ਬਣਾਈ ਸੀ ਅਤੇ ਉਹ ਇੱਕ ਐਸੀ ਸਾਡੀ ਕੌਮੀ ਵਿਰਾਸਤ ਆ। ਮੈਂ ਉਹਨੂੰ ਇੱਕ ਕਾਲਜ ਨਹੀਂ ਕਹਿੰਦਾ, ਉਹ ਸਿੱਖ ਕੌਮ ਦਾ ਹੈਰੀਟੇਜ ਆ, ਸਿੱਖ ਕੌਮ ਦੀ ਵਿਰਾਸਤ ਆ ਅਤੇ ਉਹਨੂੰ ਇਹ ਯੂਨੀਵਰਸਿਟੀ ਦਾ ਰੂਪ ਦੇਣਾ ਚਾਹੁੰਦੇ ਸੀ। ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਇਹ ਕਾਲਜ ਜੇ ਯੂਨੀਵਰਸਿਟੀ ਬਣ ਜਾਵੇ ਤਾਂ ਕੀ ਫਰਕ ਆ।
ਸਾਨੂੰ ਵੀ ਬੜੀ ਇਹ ਗੱਲ ਸਮਝਾਈ ਗਈ ਮਜੀਠੀਆ ਸਾਹਿਬ ਵੱਲੋਂ ਕਿ ਪਹਿਲਾਂ ਪ੍ਰਾਇਮਰੀ ਸਕੂਲ ਹੁੰਦਾ, ਫਿਰ ਮਿਡਲ ਸਕੂਲ ਹੁੰਦਾ, ਫਿਰ ਮੈਟ੍ਰਿਕ ਹੁੰਦਾ, ਫਿਰ ਸੀਨੀਅਰ ਸੈਕੰਡਰੀ ਹੁੰਦਾ, ਕਾਲਜ ਹੁੰਦਾ, ਫਿਰ ਯੂਨੀਵਰਸਿਟੀ ਬਣਦੀ ਹੈ। ਮਤਲਬ ਤੁਹਾਨੂੰ ਸਮਝਾਏਗੀ ਤੁਹਾਨੂੰ? ਹਾਂ, ਮੈਨੂੰ ਵੀ ਇਹ ਗੱਲ ਉਹਨਾਂ ਫੀਡਬੈਕ ਦਿੱਤੀ ਕਿ ਇੱਦਾਂ ਕਹਿਣਾ ਤੁਸੀਂ ਕੈਬਨਿਟ ਮੀਟਿੰਗ 'ਚ, ਲੇਕਿਨ ਮੈਨੂੰ ਤਾਂ ਪਤਾ ਸੀ। ਮੈਂ ਉੱਥੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਮੈਂ ਉਹ ਖਾਲਸਾ ਯੂਨੀਵਰਸਿਟੀ ਨਹੀਂ ਬਣ ਦਿੱਤੀ। ਪੁਰਾਣੇ ਹਵਾਲੇ ਦੇ ਕੇ ਇਹ ਗੱਲ ਦੱਸੀ ਕਿ ਪਹਿਲਾਂ ਵੀ ਇੱਕ ਵਾਰੀ ਇਹ ਮੂਵ ਚੱਲੀ ਸੀ ਕਿ ਖਾਲਸਾ ਕਾਲਜ ਖਾਲਸਾ ਯੂਨੀਵਰਸਿਟੀ ਬਣਾਈ ਜਾਵੇ। ਇਹ ਉਸ ਵੇਲੇ ਦੀ ਗੱਲ ਆ ਜਦੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣੀ ਅਤੇ ਹਿੰਦੂ ਯੂਨੀਵਰਸਿਟੀ ਬਨਾਰਸ ਬਣੀ। ਉਦੋਂ ਵੀ ਖਾਲਸਾ ਕਾਲਜ ਨੂੰ ਖਾਲਸਾ ਯੂਨੀਵਰਸਿਟੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਉਹ ਦੋਵੇਂ ਯੂਨੀਵਰਸਿਟੀਆਂ ਬਣ ਗਈਆਂ, ਇਹ ਖਾਲਸਾ ਯੂਨੀਵਰਸਿਟੀ ਨਹੀਂ ਬਣੀ। ਹੁਣ ਇਹਦਾ ਕਾਰਨ ਕੀ ਆ ਕਿ ਇਹ ਕਿਉਂ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਸੀ? ਮੈਂ ਕਿਉਂ ਵਿਰੋਧ ਕੀਤਾ? ਮੈਂ ਇਸ ਕਰਕੇ ਵਿਰੋਧ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਖਾਲਸਾ ਕਾਲਜ ਦੀ ਜ਼ਮੀਨ ਵਿੱਚ ਹੀ ਬਣੀ ਆ, ਉਹਦੀ ਕੰਧ ਨਾਲ ਕੰਧ ਹੋਰ ਕੋਈ ਯੂਨੀਵਰਸਿਟੀ ਦੀ ਲੋੜ ਨਹੀਂ। ਲੇਕਿਨ ਇਹ ਕਿਉਂ ਬਣਾਉਣੀ ਚਾਹੁੰਦਾ ਸੀ ਮਜੀਠੀਆ ਪਰਿਵਾਰ? ਕਿਉਂਕਿ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ 'ਤੇ ਮਜੀਠੀਆ ਪਰਿਵਾਰ ਦਾ ਕਬਜ਼ਾ ਆ। ਸਰਦਾਰ ਸੱਤਿਆਜੀਤ ਸਿੰਘ ਰੇ, ਜੋ ਸੱਤਿਆਜੀਤ ਸਿੰਘ ਮਜੀਠੀਆ, ਜੋ ਬਿਕਰਮਜੀਤ ਸਿੰਘ ਮਜੀਠੀਆ ਦੇ ਫਾਦਰ ਨੇ, ਉਹ ਉੱਥੇ ਇਸ ਵੇਲੇ ਪ੍ਰਧਾਨ ਨੇ। ਜੇ ਇਹ ਯੂਨੀਵਰਸਿਟੀ ਬਣ ਜਾਂਦੀ, ਉਹ ਇਹਨਾਂ ਦੀ ਨਿੱਜੀ ਪ੍ਰਾਪਰਟੀ ਬਣ ਜਾਣੀ ਸੀ, ਕਿਉਂਕਿ ਐਕਟ ਆ ਜਿਹੜਾ ਮੌਜੂਦਾ ਖਾਲਸਾ ਕਾਲਜ ਦਾ ਐਕਟ ਆ, ਉਹਦੇ ਮੁਤਾਬਕ ਖਾਲਸਾ ਕਾਲਜ ਦੀ ਜਾਇਦਾਦ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਬਣ ਸਕਦੀ। ਲੇਕਿਨ ਜਿਸ ਦਿਨ ਇਹ ਪ੍ਰਾਈਵੇਟ ਯੂਨੀਵਰਸਿਟੀ ਬਣ ਜਾਂਦੀ, ਉਦਣ ਜਿਹੜਾ ਚਾਂਸਲਰ ਬਣਨਾ ਸੀ, ਉਹਦੀ ਇਹ ਨਿੱਜੀ ਜਾਇਦਾਦ ਹੋਣੀ ਸੀ। ਔਰ ਮੈਂ ਇਹਦਾ ਐਸਟੀਮੇਟ ਲਵਾਇਆ, ਇਹ 3000 ਕਰੋੜ ਦੀ ਜਾਇਦਾਦ ਸੀ, ਜਿਹੜੀ ਸਿੱਖ ਕੌਮ ਦੀ ਜਾਇਦਾਦ ਜਿਹੜੀ ਆ ਇੱਕ ਨਿੱਜੀ ਪਰਿਵਾਰ ਦੀ ਜਾਇਦਾਦ ਬਣਨੀ ਸੀ। ਮੈਂ ਉਹਨੂੰ ਰੋਕਿਆ। 3000 ਕਰੋੜ ਰੁਪਏ ਦਾ ਹੀ ਮਸਲਾ ਜੀ ਜਿਹਦਾ ਕਰਕੇ ਤੁਹਾਡਾ ਵਿਰੋਧ? ਮੈਂ ਜਿਸ ਪਰਿਵਾਰ ਦਾ, ਮੇਰੇ ਰਾਹੀਂ, ਮੈਂ ਤਾਂ ਨਹੀਂ ਕਹਿੰਦਾ, ਮੈਨੂੰ ਤਾਂ ਜੋ ਗੁਰੂ ਮਹਾਰਾਜ ਨੇ ਆਦੇਸ਼ ਦਿੱਤਾ ਮੈਂ ਤਾਂ ਉਹ ਕੀਤਾ। ਆਪਣੀ ਕੌਮ ਦੇ ਭਲੇ ਦੀ ਗੱਲ ਕੀਤੀ, ਕੌਮ ਦੀ ਵਿਰਾਸਤ ਖੁਰਦ ਬੁਰਦ ਨਹੀਂ ਕਰਨ ਦਿੱਤੀ। ਲੇਕਿਨ ਉਸ ਪਰਿਵਾਰ ਦਾ ਜਿਹਦਾ 3000 ਕਰੋੜ ਦਾ ਨੁਕਸਾਨ ਹੋਇਆ ਹੋਵੇ, ਉਹ ਮੇਰੇ ਕਿਵੇਂ ਭਲੇ 'ਚ ਸੋਚ ਸਕਦਾ? ਉਹਨਾਂ ਨੇ ਉਦਣ ਤੋਂ ਠਾਣ ਲਿਆ ਕਿ ਹੁਣ ਜਹੇਦਰ ਸੇਖਵਾਂ ਨੂੰ ਜਿੱਤਣ ਨਹੀਂ ਦੇਣਾ। ਮੈਨੂੰ ਬਾਦਲ ਸਾਹਿਬ ਵੱਡਿਆਂ ਨੇ ਕਿਹਾ, ਸੀਟ ਬਟਾਲੇ ਵਾਲੀ ਪਹਿਲਾਂ BJP ਕੋਲ ਸੀ, ਅਕਾਲੀ ਦਲ ਨੇ ਉਹ ਸੀਟ ਲੈ ਕੇ ਲੁਧਿਆਣੇ ਤੋਂ ਇੱਕ ਸੀਟ ਉਹਨਾਂ ਨੂੰ ਦੇਤੀ। ਮੈਨੂੰ ਕਹਿਤਾ 1.5 ਸਾਲ ਪਹਿਲਾਂ ਇਲੈਕਸ਼ਨ ਤੋਂ, 2012 ਦੀ ਗੱਲ ਕਰ ਰਿਹਾ, ਕਿ ਉਹ ਇਲੈਕਸ਼ਨ ਬਟਾਲਾ ਸੀਟ ਤੋਂ ਤੁਸੀਂ ਲੜਨੀ ਆ। ਮੈਂ 1.5 ਸਾਲ ਉੱਥੇ ਕੰਮ ਕੀਤਾ, ਗ੍ਰਾਂਟਾਂ ਵੀ ਦਿੱਤੀਆਂ, ਮਿਹਨਤ ਵੀ ਕੀਤੀ। ਲੇਕਿਨ ਜਦੋਂ 24 ਦਿਨ ਇਲੈਕਸ਼ਨ 'ਚ ਰਹਿੰਦੇ ਸੀ, ਇਹਨਾਂ ਇੱਕ ਸਾਜਿਸ਼ ਦੇ ਤਹਿਤ ਸੁਖਬੀਰ ਬਾਦਲ, ਮਜੀਠੀਆ ਅਤੇ ਸਾਰੇ ਸਾਡੀ ਅਕਾਲੀ ਲੀਡਰਸ਼ਿਪ ਜ਼ਿਲ੍ਹੇ ਗੁਰਦਾਸਪੁਰ ਦੀ, ਇਹਨਾਂ ਨੂੰ ਲਾਮਬੰਦ ਕਰਕੇ ਅਤੇ ਇੱਕ ਸਾਜਿਸ਼ ਦੇ ਤਹਿਤ ਮੈਨੂੰ ਪਹਿਲਾਂ ਬਟਾਲੇ ਤੋਂ ਕਹਿੰਦੇ ਰਹੇ ਲੜ ਲਾ, ਲੇਕਿਨ ਐਨ ਆਖਰੀ ਟਾਈਮ 'ਤੇ ਆਣ ਕੇ ਅਤੇ ਕਾਦੀਆਂ ਭੇਜ ਦਿੱਤਾ, ਇਸ ਕਰਕੇ ਕਿ ਬਟਾਲੇ ਤੋਂ ਮੈਂ ਸੀਟ ਜਿੱਤਦਾ ਸਾਂ। ਲੇਕਿਨ ਜਦੋਂ ਆਪਣੇ 24 ਦਿਨ ਰਹਿੰਦਿਆਂ ਮੈਂ ਦੂਜੇ ਹਲਕੇ 'ਚ ਮੈਨੂੰ ਭੇਜਤਾ, ਅਤੇ ਫਿਰ ਮੇਰਾ ਜਿੱਤਣਾ ਉੱਥੋਂ ਬੜਾ ਔਖਾ ਸੀ। ਸੋ ਇਹਨਾਂ ਦੀ ਸਾਜਿਸ਼ ਦੀ ਵਜ੍ਹਾ ਕਰਕੇ ਮੈਂ 2012 ਦੀ ਇਲੈਕਸ਼ਨ ਹਾਰਿਆ ਜੀ। ਬਿਲਕੁਲ ਨਕਾਰੇ ਦੀ ਜੋ ਇਲਜ਼ਾਮ ਜੋ ਕਿਹਾ ਜਾ ਰਿਹਾ ਜਨਤਾ ਵੱਲੋਂ, ਨਕਾਰੇ ਦੀ ਗੱਲ ਕੀਤੀ ਜਾ ਰਹੀ ਹੈ, ਬੜੇ ਸਪਸ਼ਟ ਸੇਖਵਾਂ ਸਾਹਿਬ ਨੇ ਕੀਤਾ ਕਿ ਕਿਉਂ ਅਤੇ ਕਿਵੇਂ ਕਿਹੜੀਆਂ ਸਾਜਿਸ਼ਾਂ ਇਹਨਾਂ ਦੇ ਨਾਲ ਹੋਈਆਂ ਔਰ ਕਿਹਨਾਂ ਕਾਰਨਾਂ ਕਰਕੇ ਜਿਹੜੀਆਂ ਇਲੈਕਸ਼ਨਾਂ ਹਾਰੀਆਂ ਜੀ ਸਰ। ਦੂਸਰੀ ਵਾਰ ਮੈਂ 2017 ਦੀ ਗੱਲ ਕਰਨੀ ਚਾਹਾਂਗਾ ਕਿ ਕੰਵਲਪ੍ਰੀਤ ਸਿੰਘ ਕਾਕੀ, ਜਿਹਨੂੰ ਮੈਂ ਹੀ ਪੋਲੀਟਿਕਸ 'ਚ ਲੈ ਕੇ ਆਇਆ, ਉਹਨੂੰ ਮੈਂ ਚੇਅਰਮੈਨ ਵੀ ਬਣਾਇਆ ਬਲਾਕ ਸੰਮਤੀ ਕਾਹਨਵਾਨ ਦਾ। ਉਹਨੂੰ ਬਿਕਰਮਜੀਤ ਸਿੰਘ ਮਜੀਠੀਆ ਨੇ ਜੋ ਉਹਦਾ ਰੇਤ ਦਾ ਕਾਰੋਬਾਰ ਸੀ ਉਹਦੇ 'ਚ ਉਹਨੂੰ ਭਾਈਵਾਲ ਬਣਾ ਲਿਆ, ਔਰ ਉਹ ਉਹਦਾ ਹੀ ਬੰਦਾ ਸੀ, ਉਹਦੇ ਨਾਲ ਲੈਂਦਾ ਸੀ, ਉਹਦੇ ਕਾਰੋਬਾਰ 'ਚ ਆਪਣੇ ਕੰਮ ਕਰਦਾ ਸੀ। ਉਹਨੂੰ ਇੱਕ ਸਾਜਿਸ਼ ਦੇ ਤਹਿਤ ਆਪ ਵਿੱਚ ਭੇਜ ਕੇ ਟਿਕਟ ਦਵਾਈ, ਇਸ ਕਰਕੇ ਵੀ ਇਹ ਅਕਾਲੀ ਆਪਣੇ ਪਰਿਵਾਰ 'ਚੋਂ ਆ, ਅਤੇ ਜੇ ਇਹ ਆਪ ਵੱਲੋਂ ਖੜ੍ਹਾ ਹੋਏਗਾ ਤਾਂ ਅਕਾਲੀ ਦਲ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਅਤੇ ਜਹੇਦਰ ਸੇਖਵਾਂ ਨੂੰ ਹਰਾਉਣ ਦਾ ਮੌਕਾ ਮਿਲੇਗਾ। ਸੋ ਇਸ ਵਾਰੀ 2017 ਵਿੱਚ ਵੀ ਬਿਕਰਮਜੀਤ ਸਿੰਘ ਮਜੀਠੀਏ ਨੇ ਕਾਕੀ ਨੂੰ ਖੜ੍ਹਾ ਕਰਕੇ ਅਤੇ ਮੇਰੀਆਂ ਵੋਟਾਂ ਕਟਾਈਆਂ, ਅਤੇ ਇੱਕ ਮਾਲ ਪਰਿਵਾਰ ਆ
ਜਿਨ੍ਹਾਂ ਨੂੰ ਮੈਂ ਕਾਦੀਆਂ ਦੀ ਮਿਊਂਸਪਲ ਕਮੇਟੀ ਦਾ ਪ੍ਰਧਾਨ ਬਣਾਇਆ, ਉਹ ਵੀ ਮਜੀਠੀਆ ਸਾਹਿਬ ਦੇ ਬੰਦੇ ਸੀ। ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਆਪਣੇ ਸੇਖਵਾਂ ਦੀ ਮੁਖਾਲਫਤ ਕਰੋ। ਹੋਰ ਵੀ ਕਈਆਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਹਲਕੇ 'ਚ ਕਿਹਾ, ਲੰਗਾਹ ਨੂੰ ਕਿਹਾ, ਉਹ ਜ਼ਿਲ੍ਹਾ ਪ੍ਰਧਾਨ ਸੀ, ਕਿ ਤੁਸੀਂ ਵੀ ਇਹਦੀ ਮੁਖਾਲਫਤ ਕਰੋ। ਤੁਹਾਡੇ ਚਾਰੇ ਪਾਸੇ ਇੱਦਾਂ ਪਿੱਲਰ ਬਣਾ ਦਿੱਤੇ ਗਏ ਕਿ ਨਾਕੇ ਲਗਾ ਦਿੱਤੇ ਗਏ ਕਿ ਮੁਖਾਲਫਤ ਕਰ। ਸਾਨੂੰ ਇਹ ਨਕਾਰੇ ਹੋਏ, ਇਹ ਨਾ ਕਹਿਣ। ਮੈਂ ਇਹ 2017 'ਚ 3 ਸਾਲ ਪਹਿਲਾਂ ਐਲਾਨ ਕੀਤਾ ਸੀ, ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਕਰਵਾਈ ਸੀ ਵੀ ਮੈਂ ਜ਼ਿੰਦਗੀ 'ਚ ਜਿੰਨੀਆਂ ਇਲੈਕਸ਼ਨਾਂ ਲੜਾਂਗਾ, ਮੈਂ ਇੱਕ ਤੁਪਕਾ ਸ਼ਰਾਬ ਦਾ ਜਾਂ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵੰਡਾਂਗਾ, ਇੱਕ ਪੈਸਾ ਰਿਸ਼ਵਤ ਕਿਸੇ ਨੂੰ ਦੇ ਕੇ ਵੋਟ ਨਹੀਂ ਲਵਾਂਗਾ, ਨਾ ਮੈਂ ਕਿਸੇ ਨੂੰ ਵੋਟ ਮੰਗਣ ਵਾਸਤੇ ਪੈਸੇ ਦਿੱਤੇ, ਨਾ ਮੈਂ ਕੋਈ ਨਸ਼ਾ ਵੰਡਿਆ। ਲੇਕਿਨ ਫਿਰ ਵੀ ਮੈਨੂੰ ਲੋਕਾਂ ਨੇ 51,000 ਵੋਟ ਪਾਈ ਜੀ। ਬਿਲਕੁਲ, ਬਹੁਤ ਵੱਡਾ ਜਿਹੜਾ ਸੀ ਇਹਨਾਂ ਨੂੰ ਮਤਦਾਨ ਮਿਲਿਆ ਸੀ, ਬਹੁਤ ਵੱਡਾ ਫਤਵਾ ਜਿਹੜਾ ਜਨਤਾ ਦਾ ਸੇਖਵਾਂ ਸਾਹਿਬ ਦੇ ਨਾਲ ਸੀ। ਸੇਖਵਾਂ ਸਾਹਿਬ, ਆਖਿਰ ਸਵਾਲ ਇਹ ਆਉਂਦਾ ਹੈ ਔਰ ਬੜੀ ਚਰਚਾ ਜਿਹੜੀ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ, ਉਹ ਕਿਹੜੀ ਖਾਹਿਸ਼ ਹੈ ਸੇਵਾ ਸਿੰਘ ਸੇਖਵਾਂ ਦੀ ਜਿਹੜੀ ਪਿਛਲੇ 10 ਸਾਲਾਂ ਦੇ ਵਿੱਚ ਪੂਰੀ ਨਹੀਂ ਕਰ ਸਕਿਆ ਅਕਾਲੀ ਦਲ, ਜਿਹਦੇ ਕਰਕੇ ਸੁਖਬੀਰ ਬਾਦਲ ਦੇ ਨਾਲ ਸੇਖਵਾਂ ਸਾਹਿਬ ਦੀ ਨਾਰਾਜ਼ਗੀ ਹੋਈ, ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ ਗਿਆ? ਮੇਰੀ ਉਹਨਾਂ ਨਾਲ ਕੋਈ ਖਾਹਿਸ਼ ਪੂਰੀ ਕਰਨ ਦੀ ਕੋਈ ਨਾਰਾਜ਼ਗੀ ਨਹੀਂ। ਮੈਂ ਇਸ ਗੱਲ ਤੋਂ ਵੀ ਨਹੀਂ ਮੁੱਕਰਦਾ, ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਮੇਰੇ ਬਾਪ ਨੇ ਬਾਦਲ ਸਾਹਿਬ ਨਾਲੋਂ ਵੀ ਵੱਧ ਕੁਰਬਾਨੀਆਂ ਕੀਤੀਆਂ, ਮੈਂ ਵੀ ਜੇਲ੍ਹਾਂ ਕੱਟੀਆਂ, ਅਸੀਂ ਵੀ ਪੂਰੀ ਕੁਰਬਾਨੀ ਸਾਰੇ ਪਰਿਵਾਰ ਨੇ ਕੀਤੀ ਆ। ਔਰ ਇੱਥੋਂ ਤੱਕ ਕਿ ਮੈਨੂੰ ਹੋਸ਼ ਆ, ਜਦੋਂ ਪੰਜਾਬੀ ਸੂਬੇ ਦਾ ਮੋਰਚਾ ਸੀ, ਸਾਡੇ ਘਰ ਦੀ 2 ਵਾਰੀ ਕੁਰਕੀ ਹੋਈ। ਇਹ ਜਿਹੜੇ ਅਧਿਕਾਰੀ ਆਉਂਦੇ ਸਨ, ਜਿੰਨੇ ਕੁ ਭਾਂਡੇ ਹੁੰਦੇ ਸੀ ਉਹ ਬੋਰੀਆਂ 'ਚ ਪਾ ਕੇ ਲੈ ਜਾਂਦੇ ਸਨ, ਇੱਕ ਸਾਡੇ ਕੋਲ ਗਾਂ ਲਵੇਰੀ ਸੀ ਉਹ ਹੇਕੇ ਠਾਣੇ ਵਾਰਦੇ ਸਨ। 2 ਵਾਰੀ ਕੁਰਕੀ ਸਾਡੇ ਘਰ ਦੀ ਹੋਈ ਆ, ਇਹ ਕੁਰਬਾਨੀ ਕੀਤੀ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਮਾਣ ਵੀ ਬੜਾ ਦਿੱਤਾ, ਮੈਂ ਇਸ ਗੱਲ ਤੋਂ ਮੁੱਕਰਦਾ ਨਹੀਂ। ਮੇਰੀ ਕੋਈ ਨਾਰਾਜ਼ਗੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਪਰਸਨਲ ਇਸ ਕਰਕੇ ਨਹੀਂ, ਜਾਂ ਸਰਦਾਰ ਵੱਡੇ ਬਾਦਲ ਨਾਲ ਇਸ ਕਰਕੇ ਨਹੀਂ ਕਿ ਮੈਨੂੰ ਕੁਛ ਮਿਲਿਆ ਨਹੀਂ। ਮੈਨੂੰ ਬੜਾ ਮਾਣ ਸਨਮਾਨ ਮੇਰੀ ਪਾਰਟੀ ਨੇ ਦਿੱਤਾ। ਲੇਕਿਨ ਅੱਜ ਜੋ ਗੱਲ ਸਾਡੇ ਸਾਹਮਣੇ ਆਈ ਆ, ਇਹ ਅੱਜ ਨਹੀਂ ਆਈ। ਮੈਂ ਪਹਿਲਾਂ ਵੀ ਬੜੀ ਵਾਰੀ ਕਿਹਾ ਕਿ 2010 ਤੋਂ ਮੈਂ ਇਸ ਗੱਲ ਦਾ ਵਿਰੋਧ ਕਰਦਾ ਆਇਆ ਕਿ ਜਿਹੜਾ ਪੰਥਕ ਏਜੰਡਾ ਅਕਾਲੀ ਦਲ ਨੇ ਛੱਡ ਦਿੱਤਾ, ਅਕਾਲੀ ਦਲ ਆਪਣਾ ਮੂਲ ਛੱਡਦਾ ਜਾ ਰਿਹਾ, ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਸਾਡੀ ਲੜਾਈ ਜਿਹੜੀ ਟਕਸਾਲੀਆਂ ਦੀ ਆ, ਉਹ ਅਕਾਲੀ ਦਲ ਨੂੰ ਬਚਾਉਣ ਦੀ ਆ, ਨਾ ਕਿ ਕੋਈ ਅਹੁਦੇ ਲੈਣ ਦੀ ਆ। ਜੇ ਸਾਡੇ ਅਹੁਦੇ ਲੈਣ ਦੇ ਹੁੰਦੇ, ਅਸੀਂ ਅਹੁਦਿਆਂ ਤੋਂ ਅਸਤੀਫੇ ਕਿਉਂ ਦਿੰਦੇ? ਸਾਡੀ ਕੋਈ ਮੰਗ ਹੁੰਦੀ ਕਿ ਪੂਰੀ ਕਰੋ, ਅਤੇ ਅਸੀਂ ਪਹਿਲਾਂ ਜੋ ਮਾਨ ਸਨਮਾਨ ਪਾਰਟੀ ਨੇ ਦਿੱਤਾ ਸੀ ਉਹ ਕੋਈ ਛੱਡਦੇ? ਇਸ ਕਰਕੇ ਇਹਨਾਂ ਨੇ ਸਾਡੀ ਇਹਨਾਂ ਨਾਲ ਲੜਾਈ ਕੋਈ ਲੈਣ ਦੇਣ ਦੀ ਨਹੀਂ, ਸਿਧਾਂਤਕ ਲੜਾਈ ਆ, ਇਹਨਾਂ ਪੰਥਕ ਏਜੰਡਾ ਛੱਡਿਆ ਜੀ। ਬਿਲਕੁਲ, ਪੰਥਕ ਏਜੰਡਾ ਸੇਖਵਾਂ ਸਾਹਿਬ ਤੁਸੀਂ ਕਹਿ ਰਹੇ ਹੋ ਛੱਡਿਆ, ਲੇਕਿਨ ਇਹਦੇ ਨਾਲ 2017 ਦੀ ਅਗਰ ਗੱਲ ਕੀਤੀ ਜਾਵੇ, ਜਿੱਦਾਂ ਤੁਸੀਂ ਇਸ ਤੋਂ ਪਹਿਲਾਂ 2012 ਦੀਆਂ ਇਲੈਕਸ਼ਨਾਂ ਦੀ ਗੱਲ ਕੀਤੀ, ਉਹਦਾ ਜ਼ਿਕਰ ਕੀਤਾ, ਇਸੇ ਤਰ੍ਹਾਂ 2017 ਦੇ ਵਿੱਚ ਇੱਕ ਮਾਹੌਲ ਇਸ ਤਰ੍ਹਾਂ ਦਾ ਬਣਿਆ ਸੀਗਾ ਜਦੋਂ SGPC ਦੇ ਪ੍ਰਧਾਨ ਦੀ ਚੋਣ ਸੀ, ਉਹਦੇ ਵਿੱਚ ਸਭ ਤੋਂ ਉੱਪਰ ਸਰਦਾਰ ਸੇਵਾ ਸਿੰਘ ਸੇਖਵਾਂ ਜੀ ਦਾ ਨਾਮ ਵੀ ਆ ਰਿਹਾ ਸੀ। ਔਰ ਮੇਰੇ ਖਿਆਲ ਨਾਲ ਹੈ ਕਿ ਉਦੋਂ ਬਹੁਤ ਚਰਚਾ ਵੀ ਸੀ ਔਰ ਤਿਆਰੀ ਵੀ ਸੀ ਕਿ ਸੇਖਵਾਂ ਸਾਹਿਬ ਇਹ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਉਹਦੇ 'ਚ ਪ੍ਰਧਾਨ ਬਣਨਗੇ, ਇਹਦੇ ਵਿੱਚ ਕਿੰਨੀ ਸੱਚਾਈ? ਸੇਵਾ ਸਿੰਘ ਸੇਖਵਾਂ 'ਚ ਇੱਕ ਔਗਣ ਆ, ਇਹਨੂੰ ਸੱਚ ਕਹਿਣ ਦੀ ਆਦਤ ਆ, ਇਹਨੂੰ ਅਸੂਲ 'ਤੇ ਪਹਿਰਾ ਦੇਣ ਦੀ ਆਦਤ ਆ। ਇਹ ਹਮੇਸ਼ਾ ਪਾਰਟੀ ਮੀਟਿੰਗਾਂ ਵਿੱਚ ਅਤੇ ਉਤਰਾਂ ਵੀ ਸਿਧਾਂਤ ਦੀ ਗੱਲ ਕਰਦਾ, ਆਪਣੇ ਸਿੱਖ ਸਿਧਾਂਤਾਂ 'ਤੇ ਆਪ ਪਹਿਰਾ ਦਿੰਦਾ, ਦੂਜਿਆਂ ਨੂੰ ਦੇਣ ਵਾਸਤੇ ਪ੍ਰੇਰਨਾ ਕਰਦਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਨੂੰ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਐਸਾ ਚਾਹੀਦਾ ਜਿਹੜਾ ਆਪ ਕੋਈ ਫੈਸਲੇ ਲੈਣ ਦੇ ਸਮਰੱਥ ਨਾ ਹੋਵੇ, ਜੋ ਕਹਿਣ ਉਹ ਹੱਥ ਖੜਾ ਕਰਨ ਵਾਲਾ ਪ੍ਰਧਾਨ ਚਾਹੀਦਾ। ਸੇਵਾ ਸਿੰਘ ਸੇਖਵਾਂ ਨੇ ਕਦੀ ਮਰਿਆਦਾ ਦੇ ਉਲਟ ਨਹੀਂ ਸੀ ਜਾਣਾ, ਉਹਨਾਂ ਨੇ ਸਿੱਖ ਸਿਧਾਂਤਾਂ 'ਤੇ ਉਲਾਂਭੇ ਨਹੀਂ ਸੀ ਜਾਣਾ। ਇਸ ਕਰਕੇ ਮੇਰੇ ਵਰਗਿਆ ਬੰਦਾ ਉਹਨਾਂ ਨੂੰ ਪ੍ਰਧਾਨ ਕਬੂਲ ਨਹੀਂ, ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਮੈਨੂੰ ਇਹ ਸੇਵਾ ਨਹੀਂ ਦਿੱਤੀ ਜੀ। ਬਿਲਕੁਲ, ਸੇਖਵਾਂ ਸਾਹਿਬ ਆਪ ਜੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬਿਲਕੁਲ ਸੇਵਾ ਜਿਹੜੀ ਹੈ ਸ਼ਾਇਦ ਇਹੀ ਕਾਰਨ ਹੈ ਜਿਹੜਾ ਤੁਸੀਂ ਦੱਸ ਰਹੇ ਨਹੀਂ ਮਿਲੀ। ਲੇਕਿਨ ਇਹ ਨਾਲ ਕਿਹਾ ਜਾ ਰਿਹਾ ਕਿ ਉਸੇ ਦਿਨ ਤੋਂ ਹੀ ਸੇਖਵਾਂ ਸਾਹਿਬ ਨਾਰਾਜ਼ ਹੋ ਗਏ ਸੀਗੇ ਕਿ ਉਹਨਾਂ ਨੂੰ ਪ੍ਰਧਾਨਗੀ ਨਹੀਂ ਦਿੱਤੀ ਗਈ, ਔਰ ਇਸ ਤੋਂ ਬਾਅਦ ਇਹ ਜਿਹੜੇ ਬਗਾਵਤੀ ਸੁਰ ਹੈ ਜਾਂ ਇਹ ਜੋ ਉਹਨਾਂ ਦਾ ਵਿਦਰੋਹ ਕਰਨਾ ਔਰ ਸੁਖਬੀਰ ਬਾਦਲ 'ਤੇ ਨਿਸ਼ਾਨੇ ਵਿੰਨਣੇ, ਇਹ ਜਿਹੜੀ ਸਿਆਸਤ ਸੀ ਕਹਿੰਦੇ ਉਸ ਤੋਂ ਬਾਅਦ 2017 ਤੋਂ ਬਾਅਦ ਹੀ ਸਟਾਰਟ ਹੋ ਗਈ ਸੀ, ਜਿਹਦਾ ਲਾਵਾ ਹੌਲੀ ਹੌਲੀ 2018 'ਚ ਆ ਕੇ ਫੁੱਟਿਆ। ਲੇਕਿਨ ਅਸਲੀ ਗੁੱਸਾ ਜਿਹੜਾ ਕਹਿੰਦੇ ਸੇਵਾ ਸਿੰਘ ਸੇਖਵਾਂ ਜੀ ਨੂੰ ਇਹੀ ਹੈ ਕਿ ਜੋ 2017
2017 'ਚ ਐਸ ਜੀ ਪੀ ਸੀ ਦਾ ਪ੍ਰਧਾਨ ਹੈ, ਉਹਨਾਂ ਨੂੰ ਨਹੀਂ ਬਣਾਇਆ ਗਿਆ? ਇਹ ਬਿਲਕੁਲ ਗਲਤ ਗੱਲ ਆ। ਮੈਂ ਜਿਹੜੀ ਸਿਧਾਂਤ ਦੀ ਲੜਾਈ ਸ਼ੁਰੂ ਕੀਤੀ ਆ ਉਹ 2010 ਦੀ ਗੱਲ ਆ। ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਉਹਨਾਂ ਦੀ ਬਰਸੀ ਮਨਾਈ ਜਾ ਰਹੀ ਸੀ, ਸਟੇਟ ਫੰਕਸ਼ਨ ਸੀ, ਮੇਰੇ ਕੋਲ ਡਿਪਾਰਟਮੈਂਟ ਸੀ, ਮੈਂ ਹੀ ਉਹ ਫੰਕਸ਼ਨ ਕਰਾ ਰਿਹਾ ਸਾਂ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬਤੌਰ ਮੁੱਖ ਮੰਤਰੀ ਸਟੇਜ 'ਤੇ ਸਨ, ਉਦੋਂ ਤਲਵੰਡੀ ਸਾਹਿਬ ਵੀ ਜਿਉਂਦੇ ਸਨ, ਢੀਂਡਸਾ ਸਾਹਿਬ, ਭੁੰਦੜ ਸਾਹਿਬ, ਜਿੰਨੀ ਸੀਨੀਅਰ ਲੀਡਰਸ਼ਿਪ ਆ ਸਾਰੀ ਉੱਥੇ ਹਾਜ਼ਰ ਸੀ। ਅਤੇ ਮੈਂ ਟੌੜਾ ਸਾਹਿਬ ਦੀ ਬਰਸੀ 'ਤੇ ਇਹ ਗੱਲ ਕਹੀ, ਟੌੜਾ ਸਾਹਿਬ ਦੇ ਜੀਵਨ 'ਤੇ ਬੋਲਣਾ ਸੀ। ਮੈਂ ਕਿਹਾ ਕਿ ਜਿੰਨਾ ਚਿਰ ਟੌੜਾ ਸਾਹਿਬ ਜਿਉਂਦੇ ਰਹੇ, ਜਿਹੜਾ ਪੰਥਕ ਏਜੰਡਾ ਲੈ ਕੇ ਅਕਾਲੀ ਦਲ ਚੱਲਿਆ ਸੀ, ਉਹ ਪੰਥਕ ਏਜੰਡਾ ਜਿਹੜਾ ਆ ਉਹ ਹੁਣ ਡਿਲੀਊਟ ਹੁੰਦਾ ਜਾ ਰਿਹਾ, ਉਹਨਾਂ ਦੇ ਜੀਵਨ ਤੱਕ ਉਹ ਰਿਹਾ। ਮੈਂ ਬਾਦਲ ਸਾਹਿਬ ਨੂੰ ਇੱਕ ਵਾਰਨਿੰਗ ਦਿੱਤੀ ਸੀ ਕਿ ਬਾਦਲ ਸਾਹਿਬ, ਤੁਸੀਂ ਬੜੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਆਪਣੀ ਜ਼ਿੰਦਗੀ ਵਿੱਚ, ਕੌਮ ਦੀ ਅਗਵਾਈ ਕਰਦਿਆਂ, ਸਰਕਾਰਾਂ ਬਣਾਉਣੀਆਂ ਕੋਈ ਸੌਖਾ ਕੰਮ ਨਹੀਂ, ਸਰਕਾਰਾਂ ਬਣਾਈਆਂ, ਲੇਕਿਨ ਇੱਕ ਤੁਹਾਡੀ ਲੀਡਰਸ਼ਿਪ ਥੱਲੇ ਬਹੁਤ ਵੱਡਾ ਨੁਕਸਾਨ ਵੀ ਹੋਇਆ, ਉਹ ਇਹ ਕਿ ਜਿਹੜਾ ਪੰਥਕ ਏਜੰਡਾ ਉਹ ਤੁਸੀਂ ਛੱਡ ਗਏ। ਅਤੇ ਮੈਂ ਕਿਹਾ ਸੀ ਕਿ ਜਿਹੜੀਆਂ ਕੌਮਾਂ, ਜਿਹੜੀਆਂ ਸੰਸਥਾਵਾਂ, ਜਿਹੜੇ ਵਿਅਕਤੀ ਆਪਣਾ ਮੂਲ ਭੁੱਲ ਜਾਂਦੇ ਆ, ਉਹ ਗਰਕ ਹੋ ਜਾਂਦੇ ਆ। ਤੋ ਇਹ ਮੈਂ ਸਟੇਜ ਤੋਂ ਉਹਨਾਂ ਦੇ ਮੂੰਹ 'ਤੇ ਇਹ ਗੱਲ ਕਹੀ ਸੀ, ਉਦੋਂ ਤੋਂ ਲੜਾਈ ਲੜਦੇ ਰਹੇ ਹਾਂ। ਫਿਰ ਮੈਂ ਦੂਜਾ ਸਬੂਤ ਦੇਣਾ ਚਾਹਾਂਗਾ, ਅੱਜ ਵੀ ਯੂਟਿਊਬ 'ਤੇ 2014 'ਚ ਮੇਰੀ ਵੀਡੀਓ ਹੈਗੀ ਆ, ਜਿਹਦੇ ਵਿੱਚ ਮੈਂ ਕਿਹਾ ਸੀ ਕਿ 2017 ਦੀ ਇਲੈਕਸ਼ਨ 'ਚ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਏਗਾ, ਕਿਉਂਕਿ ਉਹ ਆਪਣਾ ਪੰਥਕ ਏਜੰਡਾ ਛੱਡ ਗਿਆ। ਸੋ ਇਸ ਕਰਕੇ ਸਾਡੀ ਸਿਧਾਂਤਕ ਲੜਾਈ ਆ, ਨਾ ਕਿ ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਆ, ਨਾ ਕੋਈ ਅਹੁਦਾ ਲੈਣ ਦੀ ਲੜਾਈ ਆ, ਨਾ ਇਸ ਕਰਕੇ ਕੋਈ ਨਾਰਾਜ਼ਗੀ ਆ ਕਿ ਮੈਨੂੰ ਅਕਾਲੀ ਦਲ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਉਂ ਨਹੀਂ ਬਣਾਇਆ। ਜੀ ਬਿਲਕੁਲ, ਪਿੱਛੇ ਜੋ 10 ਸਾਲ ਸੀ ਜੋ ਰਾਜ ਭਾਗ ਅਕਾਲੀ ਦਲ ਨੇ ਹੰਢਾਇਆ, ਉਹਦੇ ਦੌਰਾਨ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਹੈ, ਸਰਦਾਰ ਸੇਵਾ ਸਿੰਘ ਜੀ ਸੇਖਵਾਂ ਨੇ, ਰਤਨ ਸਿੰਘ ਜਨਾਲਾ ਨੇ, ਰਣਜੀਤ ਸਿੰਘ ਬ੍ਰਹਮਪੁਰਾ ਨੇ, ਚਾਹੇ ਢੀਂਡਸਾ ਸਾਹਿਬ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਜਿਹੜਾ ਸੀਗਾ ਕਦੀ ਸ਼ਾਇਦ ਆਮ ਜਨਤਾ ਨੇ ਜਾਂ ਪਬਲਿਕ 'ਚ, ਮੀਡੀਆ 'ਚ ਕਦੀ ਵੀ ਇਹ ਜ਼ਿਕਰ ਨਹੀਂ ਆਇਆ ਕਿ ਤੁਸੀਂ ਆਵਾਜ਼ ਕੋਈ ਇੱਦਾਂ ਦੀ ਬੁਲੰਦ ਕੀਤੀ ਹੋਵੇ? ਆਖਿਰ ਕੋਈ ਡਰ ਸੀ? ਜੇਕਰ ਕੋਈ ਡਰ ਸੀ ਤਾਂ ਕਿਹਦੇ ਤੋਂ ਡਰਦੀ ਸੀ ਇਹ ਸਾਰੇ ਜਿਹੜੇ ਲੀਡਰ ਸੀਗੇ, ਪ੍ਰਕਾਸ਼ ਸਿੰਘ ਬਾਦਲ ਤੋਂ, ਸੁਖਬੀਰ ਸਿੰਘ ਬਾਦਲ ਤੋਂ, ਕਿ ਜਾਂ ਬਿਕਰਮਜੀਤ ਸਿੰਘ ਮਜੀਠੀਏ ਤੋਂ? ਕਿਹਦੇ ਤੋਂ ਡਰ ਲੱਗਦਾ ਸੀ ਤੁਹਾਨੂੰ? ਸਾਨੂੰ ਕਿਸੇ ਤੋਂ ਵੀ ਕੋਈ ਡਰ ਨਹੀਂ ਸੀ ਲੱਗਦਾ। ਇੱਕੋ ਹੀ ਡਰ ਸੀ ਕਿ ਸਾਡੀ ਇਹ ਉਹ ਪਾਰਟੀ ਹੈ ਜਿਹੜੀ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦੇ ਕੇ ਖੂਨ ਪਸੀਨਾ ਨਾਲੇ ਖੜੀ ਕੀਤੀ ਆ, ਜਿਹਨੇ ਸਾਨੂੰ ਵੀ ਬੜਾ ਮਾਣ ਦਿੱਤਾ। ਅਸੀਂ ਅਕਾਲੀ ਦਲ ਦਾ ਨੁਕਸਾਨ ਨਹੀਂ ਸੀ ਹੋਣ ਦੇਣਾ ਚਾਹੁੰਦੇ, ਜਿਹਦੀ ਵਜ੍ਹਾ ਕਰਕੇ ਅਸੀਂ ਅਖਬਾਰਾਂ 'ਚ, ਮੀਡੀਆ 'ਚ ਜਾਂ ਲੋਕਾਂ ਵਿੱਚ ਇਹ ਗੱਲ ਨਹੀਂ ਰੱਖੀ। ਲੇਕਿਨ ਅੰਦਰ ਵੜ ਕੇ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਇਹਨਾਂ ਗੱਲਾਂ 'ਤੇ ਪੂਰੀ ਲੜਾਈ ਕਰਦੇ ਰਹੇ ਹਾਂ। ਲੇਕਿਨ ਹੁਣ ਜਦੋਂ ਅਸੀਂ ਵੇਖਿਆ ਕਿ ਸਿਰ ਤੋਂ ਦੀ ਪਾਣੀ ਲੰਘ ਗਿਆ, ਅਤੇ ਫਿਰ ਅਸੀਂ ਪੰਥ ਦੀ ਕਚਹਿਰੀ 'ਚ ਅਤੇ ਲੋਕਾਂ ਦੀ ਕਚਹਿਰੀ 'ਚ ਇਹ ਗੱਲਾਂ ਰੱਖੀਆਂ ਨੇ। ਸੇਖਵਾਂ ਸਾਹਿਬ, ਜੋ ਇਸ ਵੇਲੇ ਤੁਸੀਂ ਪੰਥ ਦੀ ਕਚਹਿਰੀ 'ਚ ਜੋ ਗੱਲਬਾਤ ਰੱਖੀ ਹੈ, ਜੋ ਮੁੱਦੇ ਰੱਖੇ ਨੇ ਅਕਾਲੀ ਦਲ ਦੇ, ਤੁਹਾਨੂੰ ਲੱਗਦਾ ਨਹੀਂ ਕਿ ਥੋੜ੍ਹਾ ਸਮਾਂ ਲੇਟ ਹੋ ਗਿਆ, ਜਾਂ ਜੋ ਸਹੀ ਸਮਾਂ ਸੀ, ਜਿਸ ਸਮੇਂ ਬੇਅਦਬੀ ਹੋਈ ਸੀ, ਜਿਸ ਸਮੇਂ ਡੇਰਾ ਪ੍ਰੇਮੀਆਂ ਦੇ ਵੱਲ ਦੀ ਗੱਲ ਕੀਤੀ ਜਾ ਰਹੀ ਸੀ, ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾ ਰਹੀ ਸੀ, ਜਿਸ ਸਮੇਂ ਸੱਚਾਈ ਨੂੰ ਦਬਾਇਆ ਜਾ ਰਿਹਾ ਸੀਗਾ, ਇਹ ਆਵਾਜ਼ ਕਿਤੇ ਤੁਸੀਂ ਉਸ ਸਮੇਂ ਚੁੱਕਦੇ ਤਾਂ ਠੀਕ ਸੀ? ਜਿੱਦਾਂ ਗੁਰਮੁਖ ਸਿੰਘ ਹੋਣਾ ਨੇ ਆਵਾਜ਼ ਚੁੱਕੀ ਤਾਂ, ਲੇਕਿਨ ਉਹਨਾਂ ਨੂੰ ਵੀ ਦੇਖੋ ਨੁਕਰੇ ਲਗਾ ਦਿੱਤਾ ਗਿਆ, ਲੇਕਿਨ ਉਹ ਆਵਾਜ਼ ਇਸ ਕਰਕੇ ਬੁਲੰਦ ਨਹੀਂ ਹੋ ਸਕੀ ਕਿਉਂਕਿ ਸਹੀ ਸਮੇਂ 'ਤੇ ਨਹੀਂ ਸੀ ਚੁੱਕੀ ਗਈ। ਤਾਂ ਜੋ ਤੁਹਾਡੀ ਆਵਾਜ਼ ਹੈ, ਤੁਹਾਨੂੰ ਲੱਗਦਾ ਕਿ ਜੋ ਚੁੱਕੀ ਹੈ ਤੁਸੀਂ, ਇਹ ਸਮਾਂ ਸਹੀ ਹੈ? ਵੇਖੋ, ਅਸੀਂ ਉਦੋਂ ਵੀ ਆਵਾਜ਼ ਬੁਲੰਦ ਕੀਤੀ, ਲੇਕਿਨ ਮੈਂ ਫਿਰ ਕਹਾਂਗਾ ਕਿ ਪਾਰਟੀ ਦੇ ਅੰਦਰ ਰਹਿ ਕੇ, ਪਾਰਟੀ ਡਿਸਿਪਲਿਨ ਵਿੱਚ ਰਹਿ ਕੇ ਅਸੀਂ ਇਹ ਆਵਾਜ਼ ਬੁਲੰਦ ਕੀਤੀ, ਲੇਕਿਨ ਸਾਡੀ ਕਿਸੇ ਨੇ ਸੁਣੀ ਨਹੀਂ। ਲੇਕਿਨ ਮੈਂ ਫਿਰ ਵੀ ਖਾਲਸਾ ਪੰਥ ਤੋਂ ਅਤੇ ਸਾਧ ਸੰਗਤ ਤੋਂ ਦੋਵੇਂ ਹੱਥ ਜੋੜ ਕੇ, ਸਿਰ ਨਵਾ ਕੇ ਇਸ ਗੱਲ ਦੀ ਮਾਫ਼ੀ ਮੰਗਣਾ ਆ ਕਿ ਜੇ ਸਾਧ ਸੰਗਤ ਇਹ ਮਹਿਸੂਸ ਕਰਦੀ ਆ ਕਿ ਅਸੀਂ ਇਹ ਗੱਲ ਕਹਿਣ 'ਚ ਲੇਟ ਹੋਏ ਹਾਂ, ਅਤੇ ਜੇ ਸਾਧ ਸੰਗਤ ਮਾਫ਼ੀ ਨਾ ਵੀ ਦੇਣਾ ਚਾਹੇ, ਤਾਂ ਜਿਹੜੀ ਵੀ ਸਜ਼ਾ ਕੌਮ ਸਾਨੂੰ ਦੇਵੇ ਉਹ ਖਿੜੇ ਮੱਥੇ ਪ੍ਰਵਾਨ ਆ। ਮੈਂ ਉਹੋ ਜਿਹੀ ਸਜ਼ਾ ਦੀ ਗੱਲ ਨਹੀਂ ਕਰਦਾ ਜਿਵੇਂ ਅੱਜ ਕੱਲ੍ਹ ਇੱਕ ਮਰਿਆਦਾ ਬਣ ਗਈ ਆ ਕਿ ਜਿਹਨੂੰ ਵੀ ਅਕਾਲ ਤਖ਼ਤ ਤੋਂ ਮਾਫ਼ੀ ਦੇਣੀ ਹੋਵੇ ਉਹਨੂੰ ਕਹਿ ਦਿੰਦੇ ਆ ਵੀ ਇੰਨੇ ਪਾਠ ਕਰ ਲਈ, ਆਹ ਸੇਵਾ ਜੋੜਿਆਂ ਦੀ ਕਰ ਲਾ ਜਾਂ ਬਰਤਨ ਸਾਫ਼ ਕਰਨ ਦੀ ਕਰ ਲਾ, ਉਹ ਸਜ਼ਾ ਦੀ ਗੱਲ ਨਹੀਂ ਕਰਦਾ। ਇਹ ਗੱਲਾਂ ਤਾਂ ਅਸੀਂ ਵੈਸੇ ਹੀ ਸ਼ਰਧਾ ਨਾਲ ਕਰਨੇ ਹਾਂ,
लेकिन मैं वह सजा जेदी जेड़ी कदी अकाली फूला सिंह ने महाराजा रणजीत सिंह दिती सी कि इनू थम ना बन के कोड़े मारे जान अजी सजा भी भुगतन तैयार हाँ जे कौम साड़ी गलती समझती होवे। बिल्कुल जी, इस वेले सरदार सेवा सिंह जी जज्बात जिहड़े ने कौम नू समझण दी लोड़ है। सवेर दा भुलिया शाम नू घर आ जाए तुहानू भुलिया नहीं कहिंदे, लेकिन जो मजबूरियां सेवा सिंह सेखवां जी दस रहे ने कि पार्टी के अंदर उन्हां वल्लों आवाज़ समय समय सिर बुलंद की जाती रही है, पर आवाज़ नू दबाया किवें जांदा रहा नाल वह भी दस रहे ने, लेकिन समां रहिंदिआं फिर भी ये सेवा सिंह सेखवां जी इन्हां वल्लों आवाज़ और जिनी सीनियर लीडरशिप है रतन सिंह जनाला जी, रणजीत सिंह ब्रह्मपुरा जी, इन्हां वल्लों चुकी गई आवाज़ जिहड़ी है पंथ की कचहरी च है, पंथ की फैसला करता, संगत की फैसला करती है सेवा सिंह सेखवां जी के हक च करती है या इन्हां दी आवाज़ नूं सच्चे दिलों अपनांदी इन्हां दे नाल खड़दी है, तां आने वाला समां दसेगा। सेखवां साहब, जिन्ने भी पंथ विरोधी फैसले हुंदे रहे उन्हां समयां दे विच की इह तुहाडे सामने हुंदे रहे? बिल्कुल वह हुंदे रहे आ, लेकिन एक ऐसा माड़ा रवाज पै गया वा जदों भी कोई मीटिंग हुंदी आ ते उहदे विच जिहड़ी डिस्कशन आ उह बाद च हुंदी आ ते जिहड़ी प्रोसीडिंग बुक आ उहदे ते साइन पहलां करवा ले जांदे आ, प्रोसीडिंग बुक साइन करवाउण तो बाद च लिखी जांदी आ। सो भावें असीं डिस्कशन दे विच इन्हां गल्लां दा विरोध करदे रहे आ, लेकिन हुण जे कल नूं कोई सानूं आखे भी तुहाडे दस्तखत होए ने उहदे ते भी दस्तखत हाजरी दे तौर ते साडे जरूर होए आ, लेकिन जिथे भी अकाली दल दे सिधांत नूं सट वजदी होई रही असीं खड़े हो के जोर शोर नाल उहदा विरोध करदे रहे आ। जी, ये कौन करदा रहा जो ये विरोधी फैसले सी तुहाडी नज़र च तुहानूं की लगदा किहदे वल्लों हुंदे रहे? पहलां सरदार प्रकाश सिंह बादल करदे रहे, उस तो बाद उहनां दे साहिबजादे सरदार सुखबीर सिंह बादल करदे रहे। सुखबीर सिंह बादल दे आउण तो बाद ते इंज हो गया कि जिवें अकाली दल नूं जां बादल परिवार नूं राज चाहीदा, उहदे ते कौम भी लाती, उत्ते धर्म भी लाता, उत्ते सब गल्लां छिके टंग दित्तियां। कित्थे असी सब तो पहलां कोई कार्ज शुरू करना हुंदा ते गुरु महाराज धन धन श्री गुरु ग्रंथ साहिब जी दे मोहरे जा के अरदास करने आ, दोवें हथ जोड़ के सिर नवा के अरदास करने आ, उन्हां को मंगने आ कि गुरु महाराज बख्शिश करो सानू, दात बख्शिश करो। अकाली दल ने गुरु महाराज अगे खलो के अरदासां ये करनियां सी कि गुरु महाराज अकाली दल का राज तीसरी वारी भी बने, लेकिन होया ये उल्ट, गुरु ग्रंथ साहब वाले पास पिट कर दिती ते जेड़ा सौदा साध ते बलात्कारी सी वोटां दी खातर उन्हूं तरजीह देती ते फिर गुरु की मार ते पैनी सी, राज भाग तो पर सीटां ते आण डिगे। साडा विरोध करदा आ, विरोध इस गल दा आ कि सरदार सुखबीर सिंह जी बादल परिवार वाले हो तुहानू राज चाहीदा, गुरु नहीं चाहीदा, उन्हां गुरु नूं तरजीह नहीं दित्ती, उन्हां राज नूं तरजीह दित्ती आ वोटां दी खातर, उस सौदे साध दे मगर लग गए, लेकिन गुरु ने ऐसी कला विखाई आ कि उन्हां ने राज भाग ते किते रहा, ऐसी शर्मनाक हार होई जिहड़ी अज तक कदी ज्यौंदा अकाली दल बनिया नहीं होई। तो मैं अज भी वार्निंग दिंदा बादल परिवार नूं कि जेकर तुसी ये कार्रवाई इस तरह रखी तो तुहाडा खुरा खोज मिट जाएगा, क्योंकि गुरु कोलों आण के माफ़ी मंगो, नंगे पैरी सारा परिवार चल के अकाल तख्त ते आण के माफ़ी मंगो साध संगत को, ते ओ सजा लवाओ जिहड़ी अकाली फूला सिंह ने महाराज रणजीत सिंह नूं दित्ती सी। जी बिल्कुल, हुण सजा भुगतण नूं तां तैयार ने सेवा सिंह सेखवां जी, हर सज़ा मन नूं तैयार ने, पर गल ये आ कि अकाली फूला सिंह कौन होएगा, तलाश अकाली फूला सिंह दी। सेखवां साहब, सरदार प्रकाश सिंह बादल इन्हां ने अजे तक तुहाडे हक दे विच एक भी बयान नहीं दिता, बेशक तुसी उन्हां दे मित्र रहे हो रतन सिंह जनाला जी, और गल कीती जावे तां ब्रह्मपुरा साहब, ये सारे उन्हां दे सज्जे खब्बे साथी रहे ने, तो एक भी लफ्ज़ उन्हां वल्लों आप जी दी सहमति आप दे हक च ना बोलना की कारण? पुत्र मोह, उन्हां नूं इको एक अपने चीज़ ना गरजया भी ये पंजाब दी राज भाग ते साडे परिवार का कब्जा किवें रहे, उन्हां नूं यारियां भी भुल गईयां, उन्हां नूं साडे कीते हुए काम भी भुल गए,
ਸਾਡਾ ਪਿਆਰ ਵੀ ਭੁੱਲ ਗਿਆ, ਸਾਡਾ ਦਿੱਤਾ ਹੋਇਆ ਸਤਿਕਾਰ ਵੀ ਭੁੱਲ ਗਿਆ, ਸਿਰਫ ਇੱਕ ਇੱਕ ਗੱਲ ਕਰਕੇ ਕਿ ਮੇਰਾ ਪੁੱਤਰ ਆ, ਮੇਰੇ ਤੋਂ ਬਾਅਦ ਰਾਜ ਭਾਗ ਦਾ ਮਾਲਕ ਉਹੋ ਹੀ ਬਣਨਾ ਚਾਹੀਦਾ। ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਬਾਦਲ ਸਾਹਿਬ, ਬੜਾ ਮਾਣ ਕੀਤਾ ਕੌਮ ਨੇ ਤੁਹਾਡਾ, ਪੰਜ ਵਾਰੀ ਮੁੱਖ ਮੰਤਰੀ ਬਣਾ ਤਾ, ਪੰਜ ਵਾਰੀ ਰਾਜ ਪੰਜਾਬ ਦਾ ਤੁਹਾਨੂੰ ਦੇ ਤਾ, ਹੁਣ ਖਹਿੜਾ ਛੱਡੋ ਪੰਜਾਬ ਦਾ ਅਤੇ ਸਿੱਖ ਕੌਮ ਦਾ, ਕੋਈ ਐਸਾ ਸ਼ਖਸੀਅਤ ਅੱਗੇ ਆਉਣ ਦਿਓ ਜਿਹਦੀ ਸੋਚ ਖਾਲਸਾਈ ਹੋਵੇ, ਪੰਥਕ ਸੋਚ ਨੂੰ ਪ੍ਰਣਾਇਆ ਹੋਇਆ ਹੋਵੇ, ਆਪ ਸਮਝਦਾ ਹੋਵੇ ਅਤੇ ਉਹਨੂੰ ਲਾਗੂ ਕਰਨ ਦੇ ਸਮਰੱਥ ਹੋਵੇ। ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਕਿ ਜੋ ਮੁੱਦੇ ਅਸੀਂ ਲੈ ਕੇ ਚੱਲੇ ਹਾਂ ਸਾਡਾ ਸਾਥ ਦਿਓ। ਅਸੀਂ ਤੁਹਾਡੇ ਨਾਲ ਇਹ ਵਾਅਦਾ ਕਰਨੇ ਹਾਂ ਕਿ ਅਸੀਂ ਪੰਥਕ ਏਜੰਡਾ ਲਿਆ ਕੇ ਉਹਨੂੰ ਲਾਗੂ ਕਰਾਂਗੇ, ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੇ ਲੋਕਾਂ ਦੀ ਸਿੱਖਿਆ ਦਾ, ਪੰਜਾਬ ਦੇ ਲੋਕਾਂ ਦੀ ਸਿਹਤ ਦਾ, ਨੌਜਵਾਨਾਂ ਦੇ ਰੋਜ਼ਗਾਰ ਦਾ, ਅਤੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਅਤੇ ਸਨਮਾਨ ਦਿਵਾਵਾਂਗੇ। ਜੇ ਤੁਸੀਂ ਸਾਨੂੰ ਸਾਥ ਦਿੰਦੇ ਹੋ ਤਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਨੇ ਹਾਂ ਕਿ ਅਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਅਖੀਰਲੇ ਸਵਾਸਾਂ ਤੱਕ ਅਸੀਂ ਇਹ ਜੀਵਨ ਲਾ ਦਿਆਂਗੇ। ਸੇਖਵਾਂ ਸਾਹਿਬ, ਘਰ ਵਾਪਸੀ ਦੀ ਕੋਈ ਉਮੀਦ? ਅਸੀਂ ਤਾਂ ਵੇਖੋ, ਸਾਡੀ ਤਾਂ ਅਸੀਂ ਘਰ ਤੋਂ ਕਿਤੇ ਗਏ ਹੀ ਨਹੀਂ। ਇਹ ਘਰ ਵਾਪਸੀ ਤਾਂ ਹੁੰਦੀ ਹੈ ਜੇ ਘਰੋਂ ਚਲੇ ਜਾਈਏ, ਤਾਂ ਸਾਡਾ ਘਰ ਆ, ਅਸੀਂ ਉਸੇ ਘਰ 'ਚ ਹਾਂ, ਔਰ ਕਦੀ ਮਾਲਕ ਮਕਾਨ ਨੂੰ ਕੋਈ ਬਾਹਰ ਨਹੀਂ ਕੱਢ ਸਕਦਾ। ਇਹ ਕੌਣ ਨੇ ਸਾਨੂੰ ਬਾਹਰ ਕੱਢਣ ਵਾਲੇ? ਇਹ ਕੀ ਕੁਰਬਾਨੀ ਆ ਕੱਢਣ ਵਾਲਿਆਂ ਦੀ? ਪਹਿਲਾਂ ਇਹ ਤਾਂ ਦੱਸਣ, ਇਹ ਕਦੋਂ ਦੇ ਅਕਾਲੀ ਨੇ? ਇਹ ਤਾਂ ਇਹਨਾਂ ਦੇ ਤਾਂ ਓਨੀ ਓਨੀ ਉਮਰ ਨਹੀਂ ਜਿੰਨਾ ਸਾਡਾ ਐਕਸਪੀਰੀਅੰਸ ਆ ਤਿੰਨਾਂ ਜਣਿਆਂ ਦਾ। ਸੋ ਇਸ ਕਰਕੇ ਅਸੀਂ ਨਿਕਲੇ ਹੀ ਨਹੀਂ, ਤਾਂ ਘਰ ਵਾਪਸੀ ਦਾ ਕੋਈ ਮਤਲਬ ਨਹੀਂ। ਅਸੀਂ ਅਕਾਲੀ ਹਾਂ, ਅਕਾਲੀ ਸਾਂ ਅਤੇ ਅਕਾਲੀ ਰਹਿਣਾ। ਅਸੀਂ ਮੌਜੂਦਾ ਅਕਾਲੀ ਦਲ ਨੂੰ ਹੀ, ਜਿਹੜਾ ਇਹਦਾ ਮਹਾਂਦਰਾ ਇਹਨਾਂ ਨੇ ਵਿਗਾੜਿਆ ਵਾ, ਉਹਨੂੰ 1920 ਵਾਲਾ ਮਹਾਂਦਰਾ ਦੇ ਕੇ ਇਸ ਅਕਾਲੀ ਦਲ ਨੂੰ ਹੀ ਚਲਾਵਾਂਗੇ। ਮੈਂ ਲੋਕਾਂ ਨੂੰ ਬੇਨਤੀ ਕਰਨਾ ਕਿ ਲੋਕਾਂ ਦੇ ਸਾਥ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਸਾਡਾ ਸਾਥ ਦਿਓ ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਨੇ ਹਾਂ ਕਿ ਜਿਹੜੇ ਵਾਅਦੇ ਤੁਹਾਡੇ ਨਾਲ ਕਰਨੇ ਹਾਂ, ਸਾਡਾ ਇੱਕ ਇੱਕ ਸਾਹ ਉਹਦੇ ਵਾਸਤੇ ਕੁਰਬਾਨੀ ਦੇਵੇਗਾ। ਜੀ ਸੇਖਵਾਂ ਸਾਹਿਬ, ਇਹ ਕਿਹਾ ਜਾ ਰਿਹਾ ਕਿ ਇਹ ਜੇ 3-4 ਜਣੇ ਜਾ ਰਹੇ ਨੇ, ਪਾਰਟੀ 'ਚੋਂ ਕੱਢ ਦਿੱਤੇ ਗਏ ਨੇ ਜਾਂ ਲੋਕਾਂ ਨੇ ਨਕਾਰ ਦਿੱਤੇ ਗਏ ਨੇ, ਇਹਨਾਂ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ, ਇਹ 'ਚ ਕਿੰਨੀ ਸੱਚਾਈ ਹੈ? ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਲੋਕ ਬਾਦਲ ਪਰਿਵਾਰ ਦੇ ਨਾਲ ਖੜ੍ਹਦੇ ਨੇ ਜਾਂ ਉਹਨਾਂ ਲੋਕਾਂ ਨਾਲ ਖੜ੍ਹਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਖੜ੍ਹੇ ਆ। ਮੈਨੂੰ ਪੂਰਨ ਵਿਸ਼ਵਾਸ ਆ, ਆਪਣੇ ਗੁਰੂ 'ਤੇ ਪੂਰਾ ਭਰੋਸਾ ਆ ਕਿ ਕਦੀ ਵੀ ਗੁਰੂ ਸਾਹਿਬ ਦਾ ਕੀਤਾ ਹੋਇਆ ਜਿਹੜਾ ਨਾ ਉਹ ਗਲਤ ਨਹੀਂ ਹੋ ਸਕਦਾ, ਠੀਕ ਹੋਏਗਾ। ਲੋਕ ਬਾਦਲ ਪਰਿਵਾਰ ਨੂੰ ਨਕਾਰਨਗੇ ਅਤੇ ਜਿਹੜੇ ਲੋਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਲੋਕਾਂ ਦੀ ਸੇਵਾ ਦਾ ਪ੍ਰਣ ਕਰ ਰਹੇ ਨੇ, ਲੋਕ ਉਹਨਾਂ ਦਾ ਸਾਥ ਦੇਣਗੇ। ਬਿਲਕੁਲ ਜੀ, ਬਿਲਕੁਲ ਸਾਥ ਦੇਣਗੇ। ਲੇਕਿਨ ਨਾਲ ਇੱਕ ਗੱਲ ਜਿਹੜੀ ਹੈ ਨਾ, ਇਹ ਕਹੀ ਜਾਂਦੀ ਹੈ ਕਿ ਜਿੰਨੇ ਵੀ ਵਿਦੇਸ਼ਾਂ ਤੋਂ ਹੋ ਕੇ ਆਏ ਲੀਡਰ ਨੇ, ਜਿਨ੍ਹਾਂ 'ਚ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਨੇ, ਢੀਂਡਸਾ ਸਾਹਿਬ ਹੋਏ, ਜਾਂ ਫਿਰ ਗੱਲ ਕੀਤੀ ਹੈ ਬ੍ਰਹਮਪੁਰਾ ਸਾਹਿਬ ਰਣਜੀਤ ਸਿੰਘ ਬ੍ਰਹਮਪੁਰਾ ਦੀ, ਕਹਿੰਦੇ ਵਿਦੇਸ਼ਾਂ ਤੋਂ ਜਦ ਹੋ ਕੇ ਆਉਂਦੇ ਨੇ ਅਤੇ ਆਉਣ ਤੋਂ ਬਾਅਦ ਇਹ ਅਕਾਲੀ ਦਲ ਦੇ ਖਿਲਾਫ ਹੋ ਗਏ ਨੇ, ਇਹੋ ਜਿਹਾ ਵਿਦੇਸ਼ਾਂ ਦੇ ਵਿੱਚ ਜਾ ਕੇ ਇਹ 'ਚ ਕੀ ਸੱਚਾਈ ਹੈ ਕਿ ਵਿਦੇਸ਼ਾਂ ਦੇ ਵਿੱਚ ਕੌਣ ਪਿੱਠ ਪਲੋਸਦਾ ਜਾਂ ਕੀ ਇਹੋ ਜਿਹਾ ਕੰਮ ਹੋ ਗਿਆ ਕਿ ਜਦ ਤੁਸੀਂ ਉੱਥੋਂ ਆਏ ਤਾਂ ਤੁਹਾਡੇ ਵਿਚਾਰ ਬਦਲ ਗਏ ਔਰ ਅਸੀਂ ਅਕਾਲੀ ਦਲ ਦੇ ਹੱਕ ਦੀ ਜਗ੍ਹਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਹਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ? ਇਹ ਇਲਜ਼ਾਮ ਇੱਕ ਤੁਹਾਡੇ 'ਤੇ ਲੱਗ ਰਿਹਾ ਕਿ ਵਿਦੇਸ਼ ਆਉਣ ਤੋਂ ਬਾਅਦ ਇਹਨਾਂ ਦੀ ਜਿਹੜਾ ਹਵਾ ਪਾਣੀ ਸੀ ਉਹ ਬਦਲ ਗਿਆ? ਅਸੀਂ ਵਿਦੇਸ਼ ਕੋ ਪਹਿਲੀ ਵਾਰੀ ਨਹੀਂ ਗਏ। ਮੈਂ ਤਾਂ ਕਰੀਬ ਕਰੀਬ 2 ਸਾਲ ਬਾਅਦ ਵਿਦੇਸ਼ ਜਾਣਾ ਹੀ ਹਾਂ। ਮੇਰਾ ਛੋਟਾ ਬੇਟਾ ਅਮਰੀਕਾ ਰਹਿੰਦਾ, ਉੱਥੇ ਦਾ ਸਿਟੀਜ਼ਨ ਆ ਉਹ। ਮੈਂ ਉਹਦੇ ਕੋਲ ਛੁੱਟੀਆਂ ਬਤੀਤ ਕਰਨ ਵਾਸਤੇ ਗਿਆ ਔਰ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ ਕਿ ਮੈਂ ਕਿਸੇ ਉੱਥੇ ਆਪਣੇ ਰਿਸ਼ਤੇਦਾਰ ਨੂੰ ਵੀ ਨਹੀਂ ਮਿਲਿਆ, ਹੋਰ ਕਿਸੇ ਨੂੰ ਮਿਲਣਾ ਤਾਂ ਕਿਤੇ ਰਹਿ ਗਿਆ। ਮੈਂ ਕਿਤੇ ਨਹੀਂ ਗਿਆ ਸਵਾਏ ਉਹਦੇ ਘਰ ਦੇ, ਅਤੇ ਉੱਥੇ ਹੀ ਰਿਹਾ। ਜਿਨ੍ਹਾਂ ਲੋਕਾਂ ਨੇ ਝੂਠ ਬੋਲਣਾ, ਝੂਠ ਪ੍ਰਚਾਰ ਕਰਨਾ, ਉਹ ਜੋ ਮਰਜ਼ੀ ਕਹੀ ਜਾਣ, ਜੇ ਅਸੀਂ 1997 ਤੋਂ ਲੈ ਕੇ ਅੱਜ ਤੱਕ ਹਰ ਸਾਲ ਜਾਂ 2 ਸਾਲ ਬਾਅਦ ਬਾਹਰ ਜਾਂਦੇ ਹਾਂ, ਉਦੋਂ ਕਿਸੇ ਦਾ ਬਾਹਰੋਂ ਸਾਡੇ 'ਤੇ ਕੋਈ ਅਸਰ ਨਹੀਂ ਹੋਇਆ, ਤਾਂ ਹੁਣ ਕੋਈ ਨਵੀਂ ਗੱਲ ਹੋ ਜਾਣੀ ਸੀ ਜੀ। ਬਿਲਕੁਲ, ਜਹੇਦਾਰ ਆਨੰਦਗੜ੍ਹ ਜੀ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਫਖਰੇ ਕੌਮ
ਅਤੇ ਪੰਥ ਰਤਨ ਜਿਹੜਾ ਅਵਾਰਡ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਹੀ ਵਾਪਸ ਕਰ ਦੇਣਾ ਚਾਹੀਦਾ, ਨਹੀਂ ਤਾਂ ਸੰਗਤ ਆਪ ਲੈ ਲਏਗੀ। ਕੀ ਤੁਹਾਨੂੰ ਲੱਗਦਾ ਕਿ ਜੇ ਇਹ ਦੋ ਅਵਾਰਡ ਜਿਹੜੇ ਦਿੱਤੇ ਗਏ ਸੀਗੇ ਇਹਨਾਂ ਦੇ ਕਾਬਲ ਪ੍ਰਕਾਸ਼ ਸਿੰਘ ਬਾਦਲ ਹੈਗੇ ਨੇ, ਕਿ ਉਹਨਾਂ ਦਾ ਬਣਦਾ ਸੀ, ਕਿ ਜਾਂ ਉਸ ਸਮੇਂ ਵੀ ਵਾਕਿਆ ਹੀ ਕੋਈ ਫਰਮਾਨ ਸੀਗਾ ਕਿ ਇਹ ਅਵਾਰਡ ਜਿਹੜਾ ਵਾ ਬਾਦਲ ਸਾਹਿਬ ਨੂੰ ਦਿੱਤਾ ਜਾਵੇ? ਮੈਂ ਇਹਨਾਂ ਛੋਟੀਆਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ। ਕਿਸੇ ਨੂੰ ਅਵਾਰਡ ਮਿਲ ਗਿਆ, ਕਿਸੇ ਕੋਲ ਵਾਪਸ ਲੈ ਲਿਆ, ਲੋਕਾਂ ਨੇ ਮਨੁੱਖ ਦੇ ਕਰਮਾਂ 'ਤੇ ਫੈਸਲਾ ਕਰਨਾ, ਅਵਾਰਡਾਂ ਨਾਲ ਡਿਗਰੀਆਂ ਨਾਲ ਮੈਂ ਸਮਝਦਾ ਕੋਈ ਫਰਕ ਪੈਂਦਾ ਨਹੀਂ। ਕਿਸੇ ਨੂੰ ਦੇ ਦਿਓ, ਕਿਸੇ ਕੋਲੋਂ ਲੈ ਲਓ, ਉਹਦੇ ਨਾਲ ਉਹਦੇ ਜੀਵਨ 'ਤੇ ਕੋਈ ਫਰਕ ਨਹੀਂ ਪੈਂਦਾ। ਉਹਨੇ ਜਿਹੜੇ ਕਰਮ ਕੀਤੇ ਨੇ ਆਪਣੀ ਜ਼ਿੰਦਗੀ ਵਿੱਚ, ਉਹਦਾ ਇੱਥੇ ਵੀ ਲੇਖਾ ਹੋ ਜਾਣਾ ਅਤੇ ਉਹਦਾ ਅਗਲੀ ਦਰਗਾਹ ਵਿੱਚ ਵੀ ਲੇਖਾ ਹੋ ਜਾਣਾ। ਜੀ ਬਿਲਕੁਲ। ਸਿੱਖਾਂ ਸਾਹਿਬ, ਜੋ ਬਰਗਾੜੀ ਦੇ ਵਿੱਚ, ਬਹਿਬਲ ਕਲਾਂ ਦੇ ਵਿੱਚ, ਕੋਟਕਪੂਰੇ ਦੇ ਵਿੱਚ ਤੁਹਾਡੇ ਰਾਜਭਾਗ ਵੇਲੇ ਇੱਕ ਜੋ ਮਾਮਲਾ ਸਾਹਮਣੇ ਬੇਅਦਬੀ ਦਾ ਆਇਆ, ਫਿਰ ਉਹਦੇ ਵਿੱਚ ਦੋ ਨੌਜਵਾਨ ਜਿਹੜੇ ਸੀ ਉਹ ਮਾਰੇ ਗਏ, ਕਈ ਜ਼ਖਮੀ ਹੋਏ, ਕਈਆਂ ਦੇ ਉੱਪਰ ਨਾਜਾਇਜ਼ ਪਰਚੇ ਵੀ ਹੋਏ, ਕਿ ਇਹ ਤੁਹਾਡੇ ਸਾਰੀ ਜੋ ਕੋਰ ਕਮੇਟੀ ਸੀ, ਜੋ ਇਹ ਸੀਨੀਅਰ ਲੀਡਰਸ਼ਿਪ ਸੀ, ਰਣਜੀਤ ਸਿੰਘ ਬ੍ਰਹਮਪੁਰਾ ਜੀ, ਰਤਨ ਸਿੰਘ ਜਨਾਲਾ, ਸੇਵਾ ਸਿੰਘ ਸੇਖਵਾਂ, ਟੀਂਡਸਾ ਸਾਹਿਬ ਤੋਂ ਇਲਾਵਾ ਹੋਰ ਵੀ ਜਿੰਨੀ ਕੋਰ ਕਮੇਟੀ ਹੈ, ਉਹਨਾਂ ਸਾਰਿਆਂ ਦੀ ਨੌਲੇਜ ਦੇ ਵਿੱਚ ਸੀ ਵੀ ਇਹ ਸਾਰਾ ਕੁਝ ਹੋ ਰਿਹਾ ਜਾਂ ਹੋਣ ਵਾਲਾ, ਔਰ ਇਹਦੇ ਵਿੱਚ ਜਿਹੜਾ ਇਨਸਾਫ ਹੈ ਉਹ ਸਿੱਖ ਕੌਮ ਨੂੰ ਨਹੀਂ ਮਿਲਣ ਵਾਲਾ? ਬਿਲਕੁਲ, ਅਸੀਂ ਉਸ ਵੇਲੇ ਵੀ ਇਹ ਗੱਲ ਸਾਡੇ ਨੌਲੇਜ 'ਚ ਸੀ। ਅਸੀਂ ਸਾਰੇ, ਬਹੁਤ ਸਾਰੇ ਹੋਰ ਵੀ ਨੇ, ਸਾਡੇ ਤਿੰਨਾਂ ਤੋਂ ਇਲਾਵਾ, ਚੌਂ ਤੋਂ ਇਲਾਵਾ ਹੋਰ ਵੀ ਨੇ ਜਿਹੜੇ ਇਸ ਗੱਲ ਦਾ ਵਿਰੋਧ ਕਰਦੇ ਸੀ, ਲੇਕਿਨ ਉਸ ਵੇਲੇ ਬਾਦਲ ਪਰਿਵਾਰ ਨੂੰ ਰਾਜ ਭਾਗ ਦਾ ਨਸ਼ਾ ਹੀ ਇੰਨਾ ਸੀ ਵੀ ਉਹ ਸਾਡੀ ਗੱਲ ਵੱਲ ਧਿਆਨ ਹੀ ਨਹੀਂ ਸੀ ਦਿੰਦੇ। ਉਹਨਾਂ ਸਾਡੀ ਕੋਈ ਗੱਲ ਉਸ ਵੇਲੇ ਸੁਣੀ ਨਹੀਂ, ਅਤੇ ਜਿਹਦਾ ਨਤੀਜਾ ਸਾਡੇ ਸਾਹਮਣੇ ਆਇਆ। ਸਿੱਖਾਂ ਸਾਹਿਬ, ਡੇਰਾ ਪ੍ਰੇਮੀਆਂ ਦਾ ਅਤੇ ਬਾਦਲ ਦਾ ਰਿਸ਼ਤਾ ਕੈਸਾ? ਹੁਣ ਮੈਂ ਇਹਦੇ ਰਿਸ਼ਤੇ ਬਾਰੇ ਕੀ ਕਹਾਂ, ਤੁਸੀਂ ਕਈਆਂ ਨੇ ਫੋਟੋਆਂ ਵੀ ਵੇਖੀਆਂ, ਇਹ ਡੇਰੇ ਜਾਂਦੇ ਵੀ ਰਿਹਾ, ਸਾਰਾ ਪਰਿਵਾਰ ਜਾਂਦਾ ਰਿਹਾ ਆ, ਹੁਣੇ ਹੀ ਨਹੀਂ ਇਹ ਸ਼ੁਰੂ ਤੋਂ ਹੀ ਉਸ ਡੇਰੇ 'ਤੇ ਵੋਟਾਂ ਦੀ ਖਾਤਰ ਜਾਂਦੇ ਰਹੇ ਆ। ਔਰ ਮੈਂ ਸਮਝਦਾ ਹਾਂ ਕਿ ਜੋ ਹਸ਼ਰ ਅਕਾਲੀ ਦਲ ਦਾ ਅੱਜ ਹੋਇਆ ਉਹ ਇਸ ਕਰਕੇ ਹੀ ਹੋਇਆ ਕਿ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਅਤੇ ਡੇਰਿਆਂ ਵਾਲਿਆਂ ਦੇ ਮਗਰ ਤੁਰ ਪਏ। ਇਹ ਡੇਰਾਵਾਦ ਨੂੰ ਬੜਾਵਾ ਦੇਣ ਵਿੱਚ ਵੀ ਬਾਦਲ ਪਰਿਵਾਰ ਦਾ ਬਹੁਤ ਵੱਡਾ ਹੱਥ ਆ। ਜਦੋਂ ਕੋਈ ਜਿਹੜੀਆਂ ਪਰਸਨੈਲਿਟੀਜ਼ ਨੇ ਉਹ ਡੇਰਿਆਂ 'ਤੇ ਜਾਂਦੇ ਆ ਤਾਂ ਬਾਬਿਆਂ ਨੂੰ ਉਤਸ਼ਾਹ ਮਿਲਦਾ। ਇਹ 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 ਉਤਸ਼ਾਹ ਵੀ ਦਵਾਉਣ ਵਾਲਾ ਇਹ ਬਾਦਲ ਪਰਿਵਾਰ ਹੀ ਹੈ। ਜਿੱਥੇ ਮੁੱਖ ਮੰਤਰੀ ਜਿਹੜੇ ਡੇਰੇ 'ਤੇ ਚਲੇ ਜਾਵੇ, ਡਿਪਟੀ ਮੁੱਖ ਮੰਤਰੀ ਚਲੇ ਜਾਏ ਜਾਂ ਕੋਈ ਉਹਨਾਂ ਦੇ ਪਰਿਵਾਰ 'ਚੋਂ ਜੀ ਚਲ ਜਾਏ, ਉਹ ਬਾਬੇ ਦੀ ਤਾਂ ਆਪਣੇ ਦੁਕਾਨ ਚੱਲ ਜਾਂਦੀ ਆ। ਸੋ ਇਹ ਡੇਰਾਵਾਦ ਨੂੰ ਬੜਾਉਣ ਵਿੱਚ ਵੀ ਇਸ ਪਰਿਵਾਰ ਦਾ ਬਹੁਤ ਵੱਡਾ ਹੱਥ। ਭਾਈ ਬਲਜੀਤ ਸਿੰਘ ਜੀ ਦਾਦੂਵਾਲ ਜਿਹੜੇ ਨੇ, ਉਹਨਾਂ ਵੱਲੋਂ ਇੱਕ ਵਾਰ ਵਾਰ ਇਲਜ਼ਾਮ ਲਗਾਇਆ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਹੈ ਜਿਹੜਾ ਉਹ ਸਿੱਖ ਨਹੀਂ ਹੈ, ਡੇਰਾ ਪ੍ਰੇਮੀ ਹੈ, ਔਰ ਉਹਨੇ ਉੱਥੋਂ ਨਾਮਦਾਨ ਲਿਆ ਹੋਇਆ, ਇਹ 'ਚ ਕਿੰਨੀ ਸੱਚਾਈ ਹੈ? ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ, ਕਿਉਂਕਿ ਨਾਮਦਾਨ ਦੇਣ ਵੇਲੇ ਜਦੋਂ ਮੈਂ ਕਦੀ ਉੱਥੇ ਗਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਉਹ ਕੌਣ ਨੇ, ਕਿਸ ਤਰ੍ਹਾਂ ਨਾਮਦਾਨ ਲੈਂਦੇ ਦਿੰਦੇ, ਮੈਂ ਇਹਦੇ ਬਾਰੇ ਕੀ ਕਹਿ ਸਕਦਾ? ਇਹ ਤਾਂ ਸੁਖਬੀਰ ਹੀ ਦੱਸ ਸਕਦਾ ਵੀ ਨਾਮਦਾਨ ਲਿਆ ਕਿ ਨਹੀਂ। ਜੀ, ਬਰਗਾੜੀ ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਇੱਕ ਵੀ ਅਲਫਾਜ਼ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਨਹੀਂ ਬੋਲਿਆ, ਕੀ ਕਾਰਨ? ਇਸੇ ਕਰਕੇ ਅਕਾਲੀ ਦਲ ਦਾ ਬੇੜਾ ਗਰਕ ਹੋਇਆ। ਜੋ ਰਾਜ ਭਾਗ ਤੋਂ 15 ਸੀਟਾਂ 'ਤੇ ਆ ਗਿਆ ਉਹਦਾ ਕਾਰਨ ਵੀ ਇਹ ਹੀ ਆ, ਜੇਕਰ ਅਸੀਂ ਸੱਚ ਨਹੀਂ ਬੋਲਦੇ, ਅਸੀਂ ਆਪਣੇ ਗੁਰੂ ਨੂੰ ਭੁੱਲ ਜਾਂਦੇ ਹਾਂ, ਤਾਂ ਫਿਰ ਇਹ ਹੀ ਅਸ਼ਰ ਹੋਣਾ ਜਿਹੜਾ ਹੋਇਆ। ਮਾਲਵੇ ਦੀ ਧਰਤੀ ਦੇ ਉੱਪਰ ਜਿੰਨੇ ਵੀ ਗੁਰੂ ਧਾਮ ਨੇ ਜਾਂ ਗੁਰੂ ਧਾਮਾਂ ਦੀਆਂ ਪ੍ਰੋਪਰਟੀਜ਼ ਹੈ, ਖਾਸ ਕਰਕੇ ਦੁਕਾਨਾਂ ਨੇ, ਕਾਰੋਬਾਰੀ ਜਗ੍ਹਾ ਨੇ, ਉੱਥੇ ਦੱਸਿਆ ਜਾਂਦਾ ਕਿ ਡੇਰਾ ਪ੍ਰੇਮੀਆਂ ਦਾ ਕਬਜ਼ਾ, ਯਾਨੀ ਕਿ ਦੁਕਾਨਾਂ 'ਤੇ ਜ਼ਿਆਦਾਤਰ ਡੇਰਾ ਪ੍ਰੇਮੀ ਨੇ। ਜਿੱਦਾਂ ਭਾਈ ਭਗਤਾ ਕੇ ਦੇ ਵਿੱਚ 100 ਦੁਕਾਨਾਂ ਨੇ ਕਰੀਬ ਸ਼੍ਰੋਮਣੀ ਕਮੇਟੀ ਦੀਆਂ, ਉਹਦੇ ਵਿੱਚ ਆ ਜਿਹੜੇ ਦੋ ਬੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ 'ਚ ਦੋਸ਼ੀ ਨੇ ਉਹ ਪਾਏ ਗਏ, ਉਹ ਦੁਕਾਨਾਂ ਚਲਾ ਰਹੀ ਸੀ ਉੱਥੇ। ਤੋ ਇਸੇ ਤਰ੍ਹਾਂ ਜਿਹੜੀਆਂ 98 ਦੁਕਾਨਾਂ ਨੇ ਜਾਂ ਉਸ ਤੋਂ ਇਲਾਵਾ ਹੋਰ ਵੀ ਜਿੰਨੀ ਵੀ ਪ੍ਰੋਪਰਟੀ ਹੈ ਕਰੋੜਾਂ ਦੀ, ਅਰਬਾਂ ਖਰਬਾਂ ਦੀ, ਉਹਨਾਂ ਦੇ ਉੱਪਰ ਵੀ ਦੱਸਿਆ ਜਾ ਰਿਹਾ ਕਿ ਡੇਰਾ ਪ੍ਰੇਮੀ ਨੂੰ ਖੁਸ਼ ਕਰਨ ਵਾਸਤੇ ਇਹ ਪ੍ਰੋਪਰਟੀਆਂ ਉਹਨਾਂ ਨੂੰ ਦਿੱਤੀਆਂ ਗਈਆਂ। ਇਹ 'ਚ ਕੀ ਸੱਚਾਈ? ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਚਾਹੀਦੀਆਂ, ਰਾਜ ਭਾਗ ਚਾਹੀਦਾ, ਭਾਵੇਂ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਰਾ ਪ੍ਰੇਮੀਆਂ ਨੂੰ ਕਿਉਂ ਨਾ ਦੇਣੀ ਪਏ, ਸਾਰਾ ਜਿਹੜਾ ਉਹਦਾ ਧਾਨ ਆ ਭਾਵੇਂ ਉਹਨਾਂ ਨੂੰ ਕਿਉਂ ਨਾ ਲਟਾਉਣਾ ਪਏ। ਇਹਨਾਂ ਨੂੰ ਤਾਂ ਰਾਜ ਭਾਗ ਦੀ ਚਿੰਤਾ ਆ, ਗੁਰੂ ਦੀ ਕੋਈ ਚਿੰਤਾ ਨਹੀਂ, ਪੰਥ ਦੀ ਕੋਈ ਚਿੰਤਾ ਨਹੀਂ, ਸਿੱਖ ਧਨ ਦੀ ਕੋਈ ਚਿੰਤਾ ਨਹੀਂ, ਇਹ ਰਾਜ ਭਾਗ ਵਾਸਤੇ ਕੁਛ ਵੀ ਕਰ ਸਕਦੇ। ਐਸ ਜੀ ਪੀ ਸੀ ਦਾ ਫਿਰ ਰੋਲ ਕੀ ਹੈ? ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਨਹੀਂ ਲੈ ਰਹੀ, ਇਹਦਾ ਮਤਲਬ ਹੈ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੈ ਮਾਲਵਾ ਖੇਤਰ ਹੈ ਉਹਦੇ 'ਤੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਵੀ ਫਿਰ ਕਾਬਜ਼ ਜਿਹੜੇ ਨੇ ਲੱਗਦਾ ਡੇਰਾ ਪ੍ਰੇਮੀ ਹੋ ਜਾਣਗੇ? ਵੇਖੋ,
ਹੁਣ ਹੋਣਾ ਮੁਸ਼ਕਲ ਹੈ, ਕਿਉਂਕਿ ਅਸੀਂ ਜਿਸ ਢੰਗ ਨਾਲ ਸਿਧਾਂਤਕ ਵਿਰੋਧ ਸ਼ੁਰੂ ਕੀਤਾ ਆ ਹੁਣੇ ਕਰਨਗੇ ਤਾਂ ਬਿਲਕੁਲ ਖਤਮ ਹੋ ਜਾਣਗੇ। ਲੇਕਿਨ ਪਹਿਲਾਂ ਇਹ ਆਪਣੀ ਮਨਮਰਜ਼ੀ ਕਰਦੇ ਰਹੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹਨਾਂ ਆਪਣੇ ਨਿੱਜ ਵਾਸਤੇ ਵਰਤਿਆ। ਜੋ ਹਸ਼ਰ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੀਤਾ, ਜੋ ਮਾਣ ਮਰਿਆਦਾ ਦਾ ਕਹਾਣ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੀਤਾ, ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੋਕ ਹੱਥ ਜੋੜ ਕੇ ਸਿਰ ਨਵਾ ਕੇ ਨਮਸਕਾਰ ਕਰਕੇ ਮਿਲਦੇ ਸੀ, ਲੇਕਿਨ ਅੱਜ ਉਹਨਾਂ ਨੂੰ ਲੋਕ ਗਾਲਾਂ ਕੱਢਦੇ ਨੇ। ਇਹ ਸਾਰੇ ਕਾਸ ਵਾਸਤੇ ਇਹ ਬਾਦਲ ਪਰਿਵਾਰ ਜ਼ਿੰਮੇਵਾਰ ਆ, ਜਿਨ੍ਹਾਂ ਨੇ ਆਪਣੇ ਰਾਜ ਭਾਗ ਵਾਸਤੇ ਦਾਅ 'ਤੇ ਲਾ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ, ਦਾਅ 'ਤੇ ਲਾ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਾਅ 'ਤੇ ਲਾ ਦਿੱਤੀ ਸਿੱਖ ਕੌਮ, ਅਤੇ ਦਾਅ 'ਤੇ ਲਾ ਦਿੱਤੇ ਸਾਰੇ ਸਿੱਖ ਦਾ। ਜੀ, ਜੱਸੇ ਰਣਜੀਤ ਸਿੰਘ ਕਮਿਸ਼ਨ ਜਿਹੜਾ ਉਹਦੇ ਅੱਗੇ ਤਾਂ ਬਾਦਲ ਪਰਿਵਾਰ ਪੇਸ਼ ਨਹੀਂ ਹੋਇਆ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਪੇਸ਼ ਨਹੀਂ ਹੋਏ। ਉਸ ਸਮੇਂ ਉਹਨਾਂ ਨੇ ਤੁਹਾਨੂੰ ਹੀ ਮੋਢੇ ਤੁਹਾਡੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਈ ਸੀ, ਆਪ ਸਾਰੇ ਜਣਿਆਂ ਨੇ ਉਹਦਾ ਵਿਰੋਧ ਵੀ ਕੀਤਾ ਸੀ ਵੀ ਇਹ ਗਲਤ ਹੈ, ਇਹਦੇ ਵਿੱਚ ਇੱਕ ਚਾਲ ਹੈ। ਲੇਕਿਨ ਹੁਣ SIT ਜੋ ਬਣੀ ਹੈ ਉਹਦੇ ਅੱਗੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੋਨਾਂ ਵੱਲੋਂ ਰਜ਼ਾਮੰਦੀ ਜਿਤਾਈ ਗਈ ਕਿ ਅਸੀਂ SIT ਦੇ ਅੱਗੇ ਪੇਸ਼ ਹੋਵਾਂਗੇ, ਇਹਦੇ ਪਿੱਛੇ ਕੀ ਰਾਜ ਹੈ? ਵੇਖੋ, ਜਿਹੜੀ SIT ਆ ਉਹਦੇ ਅੱਗੇ ਇਹ ਪੇਸ਼ ਹੋਣ ਜਾ ਰਹੇ ਆ। ਮੈਂ ਵੀ ਅੱਜ ਸਟੇਟਮੈਂਟ ਪੜ੍ਹੀ ਆ, ਹੋਣਾ ਚਾਹੀਦਾ ਆ, ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਆ, ਇਹ ਪੇਸ਼ ਵੀ ਹੋਣਗੇ ਜੇ ਆਪਣੇ ਨਿਰਦੋਸ਼ ਨੇ ਅਤੇ ਆਪਣੇ ਸਬੂਤ ਦੇਣਗੇ ਕਿ ਸਾਡਾ ਕੋਈ ਕਸੂਰ ਨਹੀਂ। ਅਤੇ ਜੇਕਰ ਸਿੱਟ ਜਿਹੜੀ ਆ ਇਹਨਾਂ ਨੂੰ ਦੋਸ਼ੀ ਪਾਉਂਦੀ ਆ ਤਾਂ ਫਿਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਲੇਕਿਨ ਮੈਨੂੰ ਆਸ ਨਹੀਂ ਕਿ ਇਹ ਸਿੱਟ ਜਿਹੜੀ ਆ ਕੁਛ ਕਰੇਗੀ, ਇਸ ਕਰਕੇ ਕਿ ਇਹ ਸਿੱਟ ਕੈਪਟਨ ਅਮਰਿੰਦਰ ਸਿੰਘ ਦੀ ਬਣਾਈ ਹੋਈ ਆ, ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਅਤੇ ਬਾਦਲ ਪਰਿਵਾਰ ਇੱਕ ਮਿੱਕ ਨੇ, ਇਹਨਾਂ ਦੀ ਸਾਂਝ ਆ। ਔਰ ਇਹਨਾਂ ਦਾ ਫੈਸਲਾ ਆ ਕਿ ਰਾਜ ਭਾਗ ਜਿਹਦਾ ਮਰਜ਼ੀ ਹੋਵੇ ਇੱਕ ਦੂਜੇ ਦਾ ਨੁਕਸਾਨ ਨਹੀਂ ਕਰਨਾ, ਅਤੇ ਇੱਕ ਦੂਜੇ ਦੇ ਕਾਰੋਬਾਰ ਜਿਹੜੇ ਨੇ ਉਹਨਾਂ ਨੂੰ ਚਲਾਉਣਾ ਹੀ ਨਹੀਂ, ਉਹਨਾਂ 'ਚ ਬੜਾਵਾ ਕਰਨਾ ਆ। ਸੋ ਇਹੋ ਜਿਹੇ ਫੈਸਲਿਆਂ ਤੋਂ ਬਾਅਦ ਅਤੇ ਕੈਪਟਨ ਦੀ ਸਰਕਾਰ ਹੋਵੇ ਅਤੇ ਉਹਦੀ ਸਿੱਟ ਬਣਾਈ ਹੋਵੇ ਅਤੇ ਉਹ ਬਾਦਲਾਂ ਦੇ ਖਿਲਾਫ ਕੋਈ ਕਾਰਵਾਈ ਕਰੇ, ਮੈਨੂੰ ਨਹੀਂ ਜਾਪਦਾ ਵੀ ਇਹਦੇ ਤੋਂ ਕੋਈ ਸਿੱਟਾਂ ਨਿਕਲੇ। ਜੀ, RSS ਜੋ ਸਿੱਖਾਂ ਦੀ ਜਮਾਤ ਜਿਹੜੀ ਹੈ ਕੱਟੜ ਵਿਰੋਧੀ ਧਿਰ ਮੰਨੀ ਜਾਂਦੀ ਹੈ, ਔਰ ਉਹਨਾਂ ਦੀ ਹੀ ਪਾਰਟੀ ਭਾਈਵਾਲ ਹੈ BJP, ਉਹਦੇ ਨਾਲ ਤੁਹਾਡਾ 9 ਮਾਸ ਦਾ ਰਿਸ਼ਤਾ ਹੈ। ਤੋ ਆਪਾਂ ਅਕਾਲੀ ਦਲ ਅਤੇ BJP ਦੇ ਇਸ 9 ਮਾਸ ਦੇ ਰਿਸ਼ਤੇ ਨੂੰ, ਅਤੇ ਜਾਂ ਕਹਿ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਮੀਆਂ ਬੀਬੀ ਦਾ ਰਿਸ਼ਤਾ ਵੀ ਕਿਹਾ ਸੀ ਸਾਡਾ ਹੈਗਾ, ਅਤੇ ਇਸ ਰਿਸ਼ਤੇ ਨੂੰ ਕਿਵੇਂ ਮੰਨੀਏ ਅਸੀਂ? ਇਹਨੂੰ ਸਿੱਖ ਵਿਰੋਧੀ ਮੰਨੀਏ ਜਾਂ ਕੀ ਕਹੀਏ? RSS ਇੱਕ ਪੱਖੋਂ ਅਸੀਂ ਸਿੱਖ ਵਿਰੋਧੀ ਮੰਨਦੇ ਹਾਂ, ਦੂਸਰੇ ਪਾਸੇ ਅਸੀਂ ਉਹਦੇ ਨਾਲ ਜੱਫੀਆਂ ਪਾਉਂਦੇ ਹਾਂ। ਸੋ RSS ਦਾ ਦਖਲ ਅੰਦਾਜ਼ੀ ਇਸ ਵੇਲੇ ਜੋ ਸਾਡੇ ਧਾਰਮਿਕ ਅਦਾਰੇ ਨੇ, ਜੋ ਸਾਡੇ ਕਹਿ ਲਈਏ ਸਿੱਖੀ ਸਿਧਾਂਤ ਨੇ, ਉਹਨਾਂ 'ਚ ਕਿੰਨੀ ਕੁ ਤੁਸੀਂ ਮੰਨਦੇ ਹੋ ਗਈ? ਵੇਖੋ, ਜਿਹੜਾ ਬਾਦਲ ਪਰਿਵਾਰ ਇੱਕ ਬਲਾਤਕਾਰੀ ਬਾਬੇ ਨੂੰ ਆਪਣੀਆਂ ਵੋਟਾਂ ਦੀ ਖਾਤਰ ਸਪੋਰਟ ਦੇ ਸਕਦਾ ਅਤੇ ਉਹਦੇ ਕੋਲ ਲੈ ਸਕਦਾ ਅਤੇ ਆਪਣੇ ਗੁਰੂ ਨੂੰ ਭੁੱਲ ਸਕਦਾ, ਉਹਨਾਂ ਨੂੰ BJP ਨਾਲ ਸਾਂਝ ਪਾਉਣ 'ਚ ਕਿੰਨੀ ਕੁ ਦਿੱਕਤ ਆ? ਇਸ ਕਰਕੇ ਇਹਨਾਂ ਨੂੰ ਤਾਂ ਰਾਜ ਭਾਗ ਚਾਹੀਦਾ, ਭਾਵੇਂ BJP ਹੋਵੇ, RSS ਹੋਵੇ, ਕੋਈ ਸੌਦਾ ਸਾਧ ਹੋਵੇ ਜਾਂ ਕੋਈ ਹੋਰ ਵੀ ਇਹੋ ਜਿਹਾ ਇਹਦੇ ਤੋਂ ਵੀ ਮਾੜਾ ਹੋਵੇ, ਇਹ ਆਪਣੇ ਰਾਜ ਭਾਗ ਵਾਸਤੇ ਕਿਸੇ ਨਾਲ ਵੀ ਸਾਂਝ ਪਾ ਸਕਦੇ। ਜੀ, ਸੇਖਵਾਨ ਸਾਹਿਬ, ਆਖਿਰ ਦੇ ਵਿੱਚ ਤੁਹਾਡੇ ਹਲਕਾ ਕਾਦੀਆਂ ਦੇ ਵਿੱਚ ਤੁਹਾਡਾ ਹੀ ਚੇਲਾ ਬਾਲ ਕਰਿਆ ਕਵਲਪ੍ਰੀਤ ਸਿੰਘ ਕਾਕੀ, ਜਿਹਦੀ ਪਿੱਠ ਦੇ ਉੱਤੇ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਹੱਥ ਰੱਖਿਆ, ਜਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਪਿੱਠ 'ਤੇ ਖਲੋ ਕੇ ਇਸ ਹਲਕੇ ਦੇ ਵਿੱਚ ਉਹਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਤੁਹਾਨੂੰ ਲੱਗਦਾ ਕਿ ਆਉਣ ਵਾਲਾ MLA ਦੀ ਦਾਅਵੇਦਾਰੀ ਉਹ ਠੋਕ ਰਿਹਾ ਜਾਂ ਉਹ ਕਹਿ ਰਿਹਾ ਕਿ ਆਉਣ ਵਾਲੀ ਸੀਟ ਜਿਹੜੀ MLA ਦੀ ਉਹਦੀ ਹੈ, ਕੀ ਹਸ਼ਰ ਹੋਣ ਵਾਲਾ? ਵੇਖੋ, ਸਾਡਾ ਪ੍ਰਵਾਸ ਇਸ ਹਲਕੇ 'ਚ ਪਹਿਲਾਂ 2 ਵਾਰ ਮੇਰੇ ਸਤਿਕਾਰਯੋਗ ਪਿਤਾ ਜੀ MLA ਬਣੇ ਨੇ 77 ਅਤੇ 80 'ਚ, ਔਰ ਉਹਨਾਂ ਨੇ ਕਾਂਗਰਸ ਦੇ ਘਾਗ ਸਿਆਸਤਦਾਨ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ 2 ਵਾਰੀ ਹਰਾਇਆ, 2 ਵਾਰੀ ਉਹ ਬਣੇ ਨੇ, 2 ਵਾਰੀ ਮੈਂ ਇਸ ਹਲਕੇ ਤੋਂ MLA ਬਣਿਆ, ਮੈਂ 4 ਇਲੈਕਸ਼ਨਾਂ ਲੜੀਆਂ ਨੇ। ਇਸ ਇਲਾਕੇ ਵਿੱਚ ਸਾਡੇ ਜਿੱਥੇ ਅਕਾਲੀ ਦਲ ਕਰਕੇ ਲੋਕ ਸਾਡੇ ਨਾਲ ਜੁੜੇ ਆ, 35 ਸਾਲ ਤੋਂ ਵੱਧ ਸਮਾਂ ਹੋ ਗਿਆ, 35 ਨਹੀਂ 50 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਹਲਕੇ ਵਿੱਚ ਸਾਡੇ ਪਰਿਵਾਰ ਨੂੰ ਵਿਚਰਦਿਆਂ। ਸਾਡੇ ਜਾਤੀ ਸੰਬੰਧ ਹੀ ਇੰਨੇ ਨੇ ਕਿ ਇੱਥੇ ਜਿਹੜਾ ਮਰਜ਼ੀ ਕਾਕੀ ਸ਼ਾਕੀ ਤਾਂ ਕੋਈ ਚੀਜ਼ ਨਹੀਂ, ਜਿਹੜਾ ਮਰਜ਼ੀ ਇੱਥੇ ਸੁਖਬੀਰ ਸਿੰਘ ਬਾਦਲ ਆ ਜਾਵੇ, ਬਿਕਰਮਜੀਤ ਸਿੰਘ ਮਜੀਠੀਆ ਆ ਜਾਵੇ, ਜਿਹੜਾ ਮਰਜ਼ੀ ਆਣ ਕੇ ਇੱਥੇ ਇਲੈਕਸ਼ਨ ਲੜ ਕੇ ਦੱਸੇ, ਉਹਦੀਆਂ ਦੌੜਾਂ ਲਵਾ ਦੇਵਾਂਗੇ। ਤੋ 2019 ਦੇ ਵਿੱਚ, ਔਰ ਗੱਲ ਕੀਤੀ 2022 ਦੀ,
ਅਤੇ ਸੇਵਾ ਸਿੰਘ ਸੇਖਵਾਂ ਜੀ ਆਜ਼ਾਦ ਲੜਨਗੇ, ਕਿਸੇ ਪਾਰਟੀ ਵੱਲੋਂ ਲੜਨਗੇ, ਜਾਂ ਫਿਰ ਤੀਜਾ ਫਰੰਟ ਤਿਆਰ ਹੋਏਗਾ? ਵੇਖੋ, ਅਸੀਂ ਇਹਦੇ 'ਤੇ ਅਜੇ ਕੱਲ੍ਹ ਹੀ ਪੇਪਰਾਂ 'ਚ ਆਇਆ ਵੀ ਸਾਡੇ ਸਾਥੀਆਂ ਨੂੰ ਕੱਢਿਆ, ਮੈਨੂੰ ਤਾਂ ਇਹਨਾਂ 3 ਤਰੀਕ ਦਾ ਕੱਢਤਾ ਆਇਆ, ਲੇਕਿਨ ਇਸ ਫੈਸਲੇ ਤੋਂ ਬਾਅਦ ਸਾਡੀ ਅਜੇ ਮੀਟਿੰਗ ਹੋਈ ਨਹੀਂ। ਅਸੀਂ ਮੀਟਿੰਗ ਕਰਕੇ ਫੈਸਲਾ ਲਵਾਂਗੇ ਜੋ ਖਾਲਸਾ ਪੰਥ ਦੇ ਹਿੱਤ 'ਚ ਹੋਵੇ, ਜੋ ਪੰਜਾਬ ਦੇ ਹਿੱਤ 'ਚ ਹੋਵੇ, ਜੋ ਲੋਕਾਂ ਦੇ ਹਿੱਤ 'ਚ ਹੋਵੇ, ਉਹ ਫੈਸਲਾ ਕਰਾਂਗੇ ਜੀ। ਬਿਲਕੁਲ। ਇਹ ਸਨ ਸਾਡੇ ਨਾਲ ਸਰਦਾਰ ਸੇਵਾ ਸਿੰਘ ਜੀ ਸੇਖਵਾਂ। ਸੇਖਵਾਂ ਸਾਹਿਬ, ਆਪ ਜੀ ਦਾ ਅਸੀਂ ਅਕਾਲ ਚੈਨਲ ਦੇ ਉੱਤੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਸੀਂ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅਕਾਲ ਚੈਨਲ ਦੇ ਦਰਸ਼ਕਾਂ ਦੇ ਰੂਬਰੂ ਹੋਏ, ਔਰ ਇਸ ਦੇ ਨਾਲ ਹੀ ਸੇਖਵਾਂ ਸਾਹਿਬ ਨੇ ਬੇਬਾਕ ਅੰਦਾਜ਼ ਦੇ ਵਿੱਚ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਜਿੱਥੇ ਇਹਨਾਂ ਨੇ ਆਪਣੀ ਭੁੱਲ ਨੂੰ ਮੰਨਦਿਆਂ ਹੋਇਆਂ ਕੌਮ ਕੋਲੋਂ ਗਲਤੀ ਦੀ ਸਜ਼ਾ ਵੀ ਮੰਗੀ ਹੈ, ਸਜ਼ਾ ਵੀ ਉਹ ਮੰਗੀ ਹੈ ਜਿਹੜੀ ਕਦੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦਿੱਤੀ ਗਈ ਸੀਗੀ। ਔਰ ਸੋ ਉਸੇ ਸਜ਼ਾ ਦੀ ਇਹਨਾਂ ਉਮੀਦ ਰੱਖੀ, ਔਰ ਸੰਗਤ ਤੋਂ ਉਮੀਦ ਰੱਖੀ ਕਿ ਉਹ ਉਹਨਾਂ ਨੂੰ ਬਖਸ਼ਣ ਯੋਗ ਹੈ। ਔਰ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਜੋ ਵੀ ਕਰ ਰਹੇ ਹਾਂ ਕੌਮ ਦੇ ਲਈ ਕਰ ਰਹੇ ਹਾਂ, ਪੰਥ ਦੇ ਲਈ ਕਰ ਰਹੇ ਹਾਂ, ਇਹਦੇ ਲਈ ਕੋਈ ਵੀ ਵੱਡੀ ਤੋਂ ਵੱਡੀ ਕੁਰਬਾਨੀ ਦੇਣੀ ਪਵੇ ਤਾਂ ਸੇਵਾ ਸਿੰਘ ਸੇਖਵਾਂ ਜੀ ਉਹ ਕੁਰਬਾਨੀ ਦੇਣ ਦੇ ਲਈ ਤਿਆਰ ਨੇ। ਸੋ ਸੇਵਾ ਸਿੰਘ ਸੇਖਵਾਂ ਜੀ, ਆਪ ਜੀ ਦਾ ਫਿਰ ਅਕਾਲ ਚੈਨਲ 'ਤੇ ਬਹੁਤ ਬਹੁਤ ਧੰਨਵਾਦ। ਸੋ ਆਪ ਜੀ ਕੋਲੋਂ ਔਰ ਆਪਣੇ ਦਰਸ਼ਕਾਂ ਨੂੰ ਲੈਂਦੇ ਹਾਂ ਇਜਾਜ਼ਤ। ਗੁਰਫਤਿਹ ਦੀ ਸਾਂਝ ਪਾਉਂਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸਾ